हृदयतया वं गुरुहृदयतया वं श्री रामदास गुरु गुण गावो श्री अर्जन विघ्न न की नाशक वाहिगुरु विघ्न न की नाशक गुरु हर गोविंद शुभ सुमत पर काशक श्री हर राय नमो कर जूरी नमो कर जूरी गुर हर कृष्ण नाम नाय भूरी तेग बहादुर परम कृपाला वाहिगुरु परम कृपाला श्री गुरु गोविंद सिंह बसाला तरं तरा पर पुन पुन शीसा वाहिगुरु पुन पुन शीसा बंदौ बार बार जगदीसा जामह अमृत ज्ञान है मानक भगत वैराग श्री गुरु ग्रंथ साहिब उद्धत बंदों कर अनुराग श्री गुरु शब्द कमाए जैन जीते पंच विकार तिन संतन को बंदना सिर चरणन पर तार ज्यों बुलाव त्यों बुलह स्वामी कुदरत कवन हमारी साध संग नानक जस गायो जो प्रभ की अत प्यारी सज्जन सच्चा पात साह सिर साहंद साह जिस पास बैठिया सूहिया सबनाम दिसाह श्री वाहिगुरु साहिब जी दोहरा तहते पुन आगे चले संगत सतगुर संग ज्योति सर तीर्थ निकट पहुँचे सुनो प्रसंग तहते पुन आगे चले वाहिगुरु जी का खालसा वाहिगुरु जी की फतेह सतगुरां दी साजी नवाजी गुरु रूप गुरु खालसा साध संगत जी सतगुरां दी अपार कृपा बख्शिश मेहरामत जो ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖਾਂ ਦੇ ਜਨਮ ਯਾਦਗਾਰ ਪਾਵਨ ਅਸਥਾਨ ਸੰਧਿਆ ਦੇ ਸਜੇ ਦੀਵਾਨਾ ਅੰਦਰ ਸੋਦਰ ਰਹਿਰਾਸ ਆਰਤੀ ਆਰਤੀ ਨਿਤਨੇਮ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ
ਚੱਲ ਰਹੀ ਲੜੀ ਵਾਰ ਗੁਰ ਇਤਿਹਾਸ ਦੀ ਪਾਵਨ ਵਿਚਾਰ ਜਿਸ ਦੇ ਵਿੱਚ ਆਪਾਂ ਧੰਨ 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 ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਐਸੇ ਪਰਮੇਸ਼ਵਰ ਸਰੂਪ ਧੰਨ 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 ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਪ੍ਰਥਾਏ ਭੱਟਾਂ ਨੇ ਅੰਮ੍ਰਿਤ ਪਾਵਨ ਬਾਣੀ ਅੰਦਰ ਉਚਾਰਨ ਕੀਤਾ ਬੋਹਥਉ ਵਧਾਤੈ ਨਿਰਮਯੋ ਸਭ ਸੰਗਤ ਕੁਲ ਉਧਰਨ ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਧੋਪਾ ਸਰਣ ਤਰਾਹੇ ਤਰਾਹੇ ਧੋਪਾ ਸਰਣ ਬੋਹਥਉ ਵਧਾਤੈ ਨਿਰਮਯੋ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਵਧਾਤੈ ਫਲਵਰ ਦਾਤੇ ਵਾਹਿਗੁਰੂ ਨੇ ਸੰਸਾਰ ਦੇ ਵਿੱਚ ਬੋਹਥਉ ਨਿਰਮਯੋ ਮਾਨੋ ਜਹਾਜ਼ ਸਿਰਜਣਾ ਕੀਤਾ ਹੈ। ਆਵਾਜ਼ ਅੰਦਰਲੀ ਥੋੜ੍ਹੀ ਜਿਹੀ ਪ੍ਰਕਾਰ ਸਿੰਘ ਘੱਟ ਕਰਦੇ ਬੋਹਥੋ ਨਿਰਮਯੋ ਜਹਾਜ਼ ਸਿਰਜਣਾ ਕੀਤਾ ਵਾਹਿਗੁਰੂ ਨੇ ਕਿਸ ਵਾਸਤੇ ਕਿ ਸਾਰੀਆਂ ਸੰਗਤਾਂ ਸਾਰੀਆਂ ਕੁਲਾਂ ਬੋਹਥੈ ਵਧਾਤੈ ਨਿਰਮਯੋ ਸਭ ਸੰਗਤ ਕੋਲ ਉਧਰਨ ਸਾਰੀਆਂ ਸੰਗਤਾਂ ਉਧਰ ਜਾਣ ਸਾਰੀਆਂ ਕੁਲਾਂ ਉਧਰ ਜਾਣ ਸੰਗਤਾਂ ਦੀਆਂ ਕੁਲਾਂ ਜਿਹੜੀ ਸੰਗਤ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਣ ਗਾਉਂਦੀ ਹੈ ਉਹ ਸੰਗਤ ਇਕੱਲੀ ਆਪ ਹੀ ਨਹੀਂ ਤਰਦੀ ਉਸ ਗੁਰੂ ਕੀ ਸੰਗਤ ਦੀ ਕੁਲ ਤਰਦੀ ਹੈ ਕੁਲਾਂ ਤਰਦੀਆਂ ਕੁਲਾਂ ਉਹ ਕੁਲਾਂ ਨੂੰ ਤਾਰਨ ਵਾਸਤੇ ਵਧਾਤਾ ਫਲਵਰ ਦਾਤੇ ਵਾਹਿਗੁਰੂ ਪਰਮੇਸ਼ਵਰ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਸਰੂਪ ਬੋਹਥੈ ਨਿਰਮਯੋ ਜਹਾਜ਼ ਰਚਨਾ ਕੀਤਾ ਸਾਰੀ ਸੰਗਤ ਇੱਕ ਵਾਰ ਹੀ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਵੇ ਆਪਣੀਆਂ ਕੁਲਾਂ ਦਾ ਉਧਾਰ ਕਰ ਲੈਣ ਗੁਰੂ ਕੀਆਂ ਸੰਗਤਾਂ ਇਸ ਵਾਸਤੇ ਸਿਰਜੇ ਨੇ ਗੁਰ ਅਮਰਦਾਸ ਕੀਰਤ ਕਹਿ ਕੀਰਤ ਭੱਟ ਕਹਿ ਕਹਿੰਦਾ ਉਚਾਰਨ ਕਰਦਾ ਸਤਿਗੁਰਾਂ ਦਾ ਜਸ ਹੇ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਓ ਤਰਾਹੇ ਤਰਾਹੇ ਮੈਨੂੰ ਰੱਖ ਲਓ ਤਰਾਹੇ ਮਹਾਰਾਜ ਮੈਨੂੰ ਬਚਾ ਲਓ ਤਰਾਹ ਤਰਾਹ ਕੇ ਸੰਸਾਰ ਤੋਂ ਮੈਂ ਆਪ ਜੀ ਦੀ ਸ਼ਰਨ ਆ ਕੇ ਬੇਨਤੀ ਕਰਦਾ ਰੱਖ ਲਓ ਮਹਾਰਾਜ ਸਤਿਗੁਰੂ ਅਮਰਦਾਸ ਜੀਓ ਮਹਾਰਾਜ ਤਰਾਹੇ ਰੱਖ ਲਓ ਮਹਾਰਾਜ ਮੈਨੂੰ ਬਚਾ ਲਓ ਆ ਸੰਸਾਰ ਸਮੁੰਦੇ ਤਾਰ ਗੋਬਿੰਦੇ ਧੋਪਾ ਸਰਣ ਹੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀਓ ਮਹਾਰਾਜ ਮੈਂ ਧੋਪਾ ਸਰਣ ਆਪ ਜੀ ਦੀ ਸਰਣ ਨੂੰ ਪ੍ਰਾਪਤ ਹੋਇਆ ਆਪ ਜੀ ਦੀ ਸਰਣ ਨੂੰ ਪ੍ਰਾਪਤ ਹੋਇਆ ਸਰਣ ਵਿੱਚ ਆਇਆ ਮੈਨੂੰ ਰੱਖ ਲਓ ਮਹਾਰਾਜ ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜਾ ਸਤਿਗੁਰਾਂ ਦੀ ਸਰਣ ਅੰਦਰ ਆਉਂਦਾ ਜੋ ਸਰਣ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ
ਇਹ ਸਵਾਮੀ ਮਾਲਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸੰਦਾ ਕਹੀਏ ਦਾ ਬਿਰਦ ਕਹੀਏ ਧਰਮ ਹੈ, ਸਰਨ ਆਏ ਨੂੰ ਗਲੇ ਲਾਉਣਾ। ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਸੰਗਤਾਂ ਦਾ ਭਲਾ ਕਰਦੇ, ਜਦੋਂ ਈਰਖਾਲੂਆਂ ਗੁਰੂ ਘਰ ਦੇ ਦਵੈਖੀਆਂ ਨਿੰਦਕਾਂ ਚੁਗਲਾਂ ਅਹੰਕਾਰੀਆਂ ਇਹਨਾਂ ਨੇ ਗੁਰੂ ਘਰ 'ਤੇ ਦਾਅਵਾ ਕੀਤਾ ਬਾਦਸ਼ਾਹ ਦੇ ਦਰਬਾਰ ਅੰਦਰ ਕਿ ਅਕਬਰ ਬਾਦਸ਼ਾਹ ਤੇਰੇ ਦਰਬਾਰ 'ਚ ਅਸੀਂ ਫਰਿਆਦੀ ਹੋਏ ਹਾਂ, ਗੁਰੂ ਨਾਨਕ ਦੀ ਗੱਦੀ 'ਤੇ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਨੇ ਪੁਰਾਤਨ ਤੁਰੀ ਆ ਰਹੀ ਮਰਿਆਦਾ ਤਿਆਗ ਦਿੱਤੀ ਹੈ, ਆਪਣੀ ਵੱਖਰੀ ਹੀ ਮਰਿਆਦਾ ਸਾਰੀ, ਕੋਈ ਮਰ ਜੇ ਉਹ ਵੱਖਰੀ ਮਰਿਆਦਾ, ਜਨਮ ਹੋ ਜੇ ਉਹਦੀ ਵੱਖਰੀ ਕਿਰਿਆ ਕਰਮ, ਗਾਇਤਰੀ ਮੰਤਰ ਉਹ ਨਹੀਂ ਜਪਦੇ, ਤੀਰਥਾਂ 'ਤੇ ਉਹ ਨਹੀਂ ਜਾਂਦੇ, ਇਹ ਸਾਰੀ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਬਾਦਸ਼ਾਹ ਅਕਬਰ ਨੇ ਚਿੱਠੀ ਭੇਜੀ ਕਿ ਤੁਹਾਨੂੰ ਕਚਹਿਰੀ ਵਿੱਚ ਪੇਸ਼ ਹੋਣਾ ਪੈਣਾ ਹੈ, ਕਿਉਂਕਿ ਤੁਹਾਡੇ 'ਤੇ ਸਮੁੱਚਾ ਖੱਤਰੀ ਬ੍ਰਾਹਮਣ ਲੋਕ ਇਹਨਾਂ ਨੇ ਦਾਅਵਾ ਕੀਤਾ ਕਿ ਤੁਸੀਂ ਮਾਨ ਮਰਿਆਦਾ ਵਿਗਾੜ ਰਹੇ ਹੋ। ਤਾਂ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਧੰਨ 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 ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਹੁਕਮ ਕੀਤਾ, ਪੁਰਖਾ ਤੁਸੀਂ ਜਾਓ, ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਸ਼ਨ, ਗੁਰੂ ਨਾਨਕ ਪਾਤਸ਼ਾਹ ਜੀ ਦੀ ਮਤ ਦਾ ਪ੍ਰਚਾਰ ਪ੍ਰਸਾਰ ਕਰੋ, ਤਾਂ ਕਿ ਬਾਦਸ਼ਾਹ ਦੀ ਸਭਾ ਦੇ ਵਿੱਚ ਗੁਰਮਤਿ ਦਾ ਗਿਆਨ ਹੋਵੇ ਕਿ ਗੁਰੂ ਨਾਨਕ ਦਾ ਦਰ ਕੈਸਾ ਹੈ, ਇਹਨਾਂ ਦਾ ਕੀ ਪ੍ਰਯੋਜਨ ਹੈ, ਕੀ ਮਿਸ਼ਨ ਹੈ, ਉਹ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਮਰਿਆਦਾ ਸਾਹਿਬ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਜਦੋਂ ਸਭਾ ਦੇ ਵਿੱਚ ਗੁਰੂ ਦਾ ਜਸ ਗਾਵਿਆ, ਅਰ ਵੇਦਾਂ ਸਿਮਰਤੀਆਂ ਦੇ ਪ੍ਰਮਾਣਾਂ ਦੁਆਰਾ ਇਹ ਸਭਾ ਵਿੱਚ ਬੈਠੇ ਕੱਲੀ ਕਥਨੀ ਵਾਲਿਆਂ ਨੂੰ ਝੂਠੇ ਕਰ ਦਿੱਤਾ, ਸੱਚੀ ਸੁੱਚੀ ਕਰਨੀ ਦੇ ਮਾਲਕ ਗੁਰੂ ਨਾਨਕ ਦੇ ਦਰ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ਰਮਿੰਦੇ ਹੋ ਕੇ ਸਭਾ ਵਿੱਚੋਂ ਨਿਰੁੱਤਰ ਹੋ ਕੇ ਉੱਠ ਕੇ ਚਲੇ ਗਏ। ਫਿਰ ਬਾਦਸ਼ਾਹ ਅਕਬਰ ਨੇ ਬੇਨਤੀ ਕੀਤੀ ਮੇਰੇ ਵੱਲੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਸਤਕ ਟੇਕਣਾ ਅਤੇ ਬੇਨਤੀ ਕਰਨੀ ਕਿ ਮਹਾਰਾਜ ਇਹ ਜਿਨ੍ਹਾਂ ਲੋਕਾਂ ਦੇ ਮਨ ਦਾ ਭੁਲੇਖਾ ਆਪ ਜੀ ਨੇ ਸਭਾ ਦੇ ਵਿੱਚ ਆ ਕੇ ਦੂਰ ਕੀਤਾ, ਕਿਰਪਾ ਕਰੋ ਉਹਨਾਂ ਦੇ ਘਰਾਣਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਭੁਲੇਖੇ ਦੂਰ ਕਰੋ, ਜਿਹੜਾ ਇਹਨਾਂ ਦੇ ਮਨ ਵਿੱਚ ਇਹ ਵਹਿਮ ਪੈ ਗਿਆ ਕਿ ਗੁਰੂ ਦੀ ਮਤ ਸੰਸਾਰ ਵਿਰੋਧੀ ਹੈ, ਦੁਨੀਆਂ ਨੂੰ ਗਿਆਨ ਹੋਵੇ ਕਿ ਗੁਰੂ ਦੀ ਮਤ ਤਾਂ ਸਮੁੱਚੀ ਮਾਨਵਤਾ ਦਾ ਭਲਾ ਕਰਨ ਵਾਲੀ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਮਿਸ਼ਨ, ਹੱਥੋਂ ਦੇ ਕੇ ਭਲਾ ਮਨਾਏ ਦੀ ਕਰਨੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਲੋਚਣ ਵਾਲਾ ਜੋ ਇਹ ਧਰਮ ਹੈ। ਬੇਨਤੀ ਹੈ ਆਪ ਜੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਤੀਰਥ ਅਸਥਾਨਾਂ 'ਤੇ ਜਾ ਕੇ ਇਸ ਗੁਰੂ ਮਤ ਦਾ ਜੋ ਹੈ ਉਹ ਪ੍ਰਚਾਰ ਕਰੋ, ਦੱਸੋ ਤਾਂ ਕਿ ਗਿਆਨ ਹੋਵੇ ਸਮੁੱਚੀ ਭੜਕ ਚੁੱਕੀ ਮਾਨਵਤਾ ਨੂੰ। ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ, ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਜੋ ਤੀਰਥਾਂ 'ਤੇ ਮਨਮਤ ਹੋ ਰਹੀ ਸੀ, ਪਖੰਡ ਹੋ ਰਿਹਾ ਸੀ, ਇੱਕ ਇਹ ਉਹੀ ਮੰਨਿਆ ਜਾਂਦਾ ਸੀ ਤੀਰਥ ਨਹਾਏ ਕਹਿ ਹਾਂ ਸਭ ਉਤਰੇ, ਬਾਹਰ ਕਮਾਵੇ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਲੰਕ, ਇਹ ਦੱਸਣ ਵਾਸਤੇ ਭਾਈ ਜਲ ਕੈ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ,
ਜੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਭਲਾ ਹੁੰਦਾ ਹੋਵੇ, ਮੁਕਤੀ ਹੁੰਦੀ ਹੋਵੇ ਤਾਂ ਡੱਡੂ ਮੱਛੀਆਂ ਇਹ ਭਾਈ ਜਲ ਵਿੱਚ ਹੀ ਜੀਵਨ ਹੈ, ਜਲ ਵਿੱਚ ਹੀ ਰਹਿੰਦੇ ਨੇ। ਜਲ ਕੈ ਮੱਜਣ ਜੇ ਗੱਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ। ਜੈਸਾ ਡੱਡੂ ਹੈ ਮੱਛੀ ਕੱਛੂ ਹੈ, ਉਹੋ ਜਿਹਾ ਉਹ ਮਨੁੱਖ ਹੈ ਭਾਈ ਜਿਹੜਾ ਇਹੀ ਸੋਚਦਾ ਵੀ ਪਾਣੀ ਦੇ ਨਾਲ ਮੁਕਤੀ ਹੋ ਜਾਏਗੀ, ਭਲਾ ਹੋ ਜਾਏਗਾ। ਇਹ ਦੱਸਣ ਵਾਸਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਚਾਲੇ ਪਾਏ ਗੋਇੰਦਵਾਲ ਸਾਹਿਬ ਤੋਂ ਬੇਅੰਤ ਸੰਗਤਾਂ ਪਾਤਸ਼ਾਹ ਜੀ ਦੇ ਸੰਗਮ ਵਿੱਚ ਚੱਲੀਆਂ, ਕਿਉਂਕਿ ਸਤਿਗੁਰੂ ਖੁਦ ਤੀਰਥ ਰੂਪ ਹੈ ਅਤੇ ਸੰਗਤਾਂ ਨੇ ਲਾਹਾ ਤੱਕਿਆ ਕਿ ਮਹਾਰਾਜ ਦੀ ਸ਼ਰਨ ਵਿੱਚ ਰਹਾਂਗੇ, ਸਤਿਗੁਰਾਂ ਤੋਂ ਭਉ ਭਗਤੀ ਗ੍ਰਹਿਣ ਕਰਾਂਗੇ, ਕੀਰਤਨ ਬੰਦਗੀ ਸ਼ਰਵਣ ਕਰਾਂਗੇ, ਆਪਣੇ ਮਨੁੱਖਾ ਜਨਮ ਦਾ ਭਲਾ ਹੋਵੇਗਾ। ਇੱਦਾਂ ਵਿਚਾਰ ਕੇ ਬੇਅੰਤ ਸੰਗਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੰਗਮ ਸੰਗਤ ਵਿੱਚ ਚੱਲੀਆਂ। ਇਹ ਗੁਰੂ ਪਾਤਸ਼ਾਹ ਜੀ ਦਾ ਜਥਾ ਚੱਲਦਿਆਂ ਚੱਲਦਿਆਂ ਬਿਆਸਾ ਪਾਰ ਕੀਤਾ, ਸਤਲੁਜ ਪਾਰ ਕੀਤਾ, ਪਹਿਲਾਂ ਸਭ ਤੋਂ ਕੁਰਸ਼ੇਤਰ ਪਹੁੰਚੇ, ਇੱਥੇ ਗੁਰੂ ਭੋਏ ਪਹੁੰਚੇ, ਇੱਥੇ ਗੁਰੂ ਕੇ ਸਿੱਖਾਂ ਬੇਨਤੀ ਕੀਤੀ ਪਾਤਸ਼ਾਹ ਜੀ ਇਹ ਅਸਥਾਨ ਤਾਂ ਤੀਰਥ ਤਾਂ ਇੱਕ ਹੈ ਇਹ, ਪਰ ਥਾਂ ਪੁਰ ਥਾਂ ਇਹ 'ਤੇ ਬੜੇ ਘਾਟ ਬਣੇ ਹੋਏ ਹੈ। ਤਾਂ ਸੱਚੇ ਪਾਤਸ਼ਾਹ ਜੀ ਨੇ ਦੱਸਿਆ, ਭਾਈ ਪ੍ਰੇਮੀਓ, ਇੱਥੇ ਜਿਨ੍ਹਾਂ ਰਿਸ਼ੀਆਂ ਨੇ ਤਪ ਕੀਤਾ ਹੈ ਔਰ ਉਹਨਾਂ ਤਪੀਸ਼ਵਰਾਂ ਨੇ ਜਿੱਥੇ ਜਿੱਥੇ ਉਹਨਾਂ ਦੀ ਕੁਟੀਆ ਸੀ ਉੱਥੇ ਇਸ਼ਨਾਨ ਕਰਦੇ, ਫਿਰ ਤਪ ਵਿੱਚ ਜੁੜ ਜਾਂਦੇ। ਜਿੱਥੇ ਜਿੱਥੇ ਉਹਨਾਂ ਨੇ ਤਪ ਕੀਤਾ ਉਹ ਸਾਰੇ ਘਾਟ ਬਣ ਗਏ। ਹੌਲੀ ਹੌਲੀ ਉੱਥੇ ਮਨਮਤ ਆਰੰਭ ਹੋ ਗਈ, ਉਹ ਮਨਮਤ ਸਦਕਾ ਉੱਥੇ ਟਿਕਣ ਵਾਲੇ ਜਿੰਨੇ ਸੀ, ਪ੍ਰਚਾਰਨ ਵਾਲੇ ਜਿੰਨੇ ਸੀ, ਉਹਨਾਂ ਨੇ ਇਹੀ ਪ੍ਰਚਾਰ ਆਰੰਭ ਕਰ ਦਿੱਤਾ ਜੀ ਇੱਥੇ ਇਸ਼ਨਾਨ ਕਰਨ ਦਾ ਜ਼ਿਆਦਾ ਭਾਵ ਹੈ, ਇੱਥੇ ਇਸ਼ਨਾਨ ਕਰਨ ਦਾ ਜ਼ਿਆਦਾ ਮਹੱਤਵ ਹੈ, ਇੱਥੇ ਇਸ਼ਨਾਨ ਕਰੋ। ਉਹ ਮਨਮਤ ਮਹਾਰਾਜ ਕਹਿੰਦੇ ਭਾਈ ਵਰਤ ਰਹੀ ਹੈ, ਪਰ ਇਹ ਅਸਥਾਨ 'ਤੇ ਤਪੀਸ਼ਵਰਾਂ ਨੇ ਤਪ ਕੀਤਾ ਹੋਇਆ, ਉਹ ਥਾਂ ਘਾਟ ਬਣੇ ਹੋਏ ਹੈ। ਇੱਦਾਂ ਸੰਗਤਾਂ ਦੇ ਸੰਕੇ ਨਿਰਵਿਰਤ ਕੀਤੇ ਕਿ ਭਾਈ ਪ੍ਰੇਮੀਓ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਕੀ ਹੈ? ਤੀਰਥ ਤਾਂ ਵਾਹਿਗੁਰੂ 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 ਨਾਮ ਹੈ। ਤੀਰਥ ਕੀ ਹੈ? ਤੀਰਥ ਗੁਰੂ ਦਾ ਸ਼ਬਦ ਹੈ। ਤੀਰਥ ਕੀ ਹੈ? ਆਪਣੇ ਆਤਮੇ ਦਾ ਗਿਆਨ, ਆਪਣੇ ਆਪੇ ਦਾ ਗਿਆਨ, ਅੰਤਰ ਮਲ ਨਹਾਓ, ਇਹ ਤੀਰਥ ਹੈ। ਇਹ ਤੀਰਥਾਂ ਦੀ ਮਰਿਆਦਾ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿੜ ਕਰਾਈ ਅਤੇ ਇਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਨੂੰ ਤਾਰ ਰਹੇ ਆ। ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਹੇ ਹੈ, ਆਪਾਂ ਮਨ ਵਿਰਤੀਆਂ ਇਕਾਗਰ ਕਰੀਏ ਅਤੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਕੁਰਸ਼ੇਤਰ ਜਾਣਗੇ ਅਤੇ ਜਿਸ ਤਰ੍ਹਾਂ ਭਉ ਭਗਤੀ ਦਾ ਪ੍ਰਚਾਰ ਪ੍ਰਸਾਰ ਕਰਨਗੇ, ਮਨ ਵਿਰਤੀਆਂ ਇਕਾਗਰ ਕਰ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਵਡਿਆਈਆਂ ਸਿਫਤ ਸਲਾਹ ਨਾਲ ਜੁੜ, ਆਪਣੇ ਮਨੁੱਖਾ ਜਨਮ ਦਾ ਕੁਝ ਟਾਈਮ ਸਫਲ ਬਣਾਉਂਦੇ ਹੋਏ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਹਤੇ ਪੁਨ ਆਗੇ ਚੱਲੇ ਸੰਗਤ ਸਤਿਗੁਰ ਸੰਗ ਤੇਹ ਤੋਂ ਇਸ ਤਰ੍ਹਾਂ ਪਹੋਏ ਤੋਂ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੀਆਂ ਸਮੂਹ ਸੰਗਤਾਂ ਦੇ ਸੁਮਦਾ ਨਾਲ ਇੱਥੋਂ ਅੱਗੇ ਵੱਲ ਰਵਾਨਗੀ ਪਾ ਗਏ। ਜੋਤੀ ਸਰ ਤੀਰਥ ਨਿਕਟ ਪਹੁੰਚੇ ਸੁਨੋ ਪ੍ਰਸੰਗ ਸੱਚੇ ਪਾਤਸ਼ਾਹ ਜੀ ਚੱਲਦੇ ਚੱਲਦੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਕੁਰਸ਼ੇਤਰ ਦੇ 84 ਤੀਰਥਾਂ ਵਿੱਚੋਂ ਇੱਕ ਜੋਤੀ ਸਰ ਤੀਰਥ ਹੈ, ਇਸ ਤੀਰਥ ਦੇ ਨਜ਼ਦੀਕ ਪਹੁੰਚ ਗਏ ਹੈ।
कवि जी कहन लगे भाई ओ प्रसंग सुनो जिथे कौरवां अते पांडवां दा बड़ा भारा दल कठा होया आन क्या जंग अखारा यहां आन इस जगह ते आके कौरवां ते पांडवां दे समुचे दलां ने बड़ा वड्डा जंग अखाड़ा कीता इकटी अठ दस छूहन भाई ए जगह दे उपर एकादस इस वास्ते एक दिस हांजी इकट्ठी अठ दस छूहन पई अठ ते दस अठारह छूहनियां खूनियां एक विधि विधान है ग्रंथां दा खूनी दे विच लखां ही घोड़सवार हाथी सवार रथ सवार प्यादे इस तरह की मर्यादा हुंदी है उस नूं छूहनी खूहनी वगैरह आख्या जांदा इस तरह एक विद्वाना की भाषा विच एक मिणती है तो इस तरह उत्थे भाईए इनिया खूनियां कठिया हुई अठारह खूनियां सारे सनद वध होए सनद हुंदा है अपने शरीर ते संजोब वगैरह पहन के रखिया करन वाले कवचादिक वध हुंदा है मारन वाला दूसरे नूं बंदूक तीर इस तरह दे ते इस तरह सनद वध तैयार वर तैयार हो के इत्थे डटे मैदान अंदर एक दिस एक बने सपत कुल सत है सत खूनियां दूसरे बने एकादस दुई दुई दूसरे बने ग्यारह खूनियां है ते इस थल ये जो ज्योतिसर स्थान जिथे सतगुरु अमरदास पातशाह जी इस कुरुक्षेत्र के अठाठ तीर्थां दे विचों पहुंच चौरासी तीर्थां दे विचों पहुंचे एक तीर्थ ते महाराज पातशाह जी कहन लगे भाई इत्थे ओ सारा मुकाबला होया जिथे अठारह खूनियां दा जंग होया है जदों इत्थे पहुंचे ज्योतिसर वाले थां ते अर्जन जो है पांडवां दा इने मन विच विचार कीती है किसको करवाया संघारा के ए जगह ते मैं किनू संघार ना करा किनू मार ना करा इस जगह दे उपर गुरु पितामक आदिक सारे क्योंकि इत्थे मेरे गुरु पितामा दादे आदिक सारे है गुरु पितामा गुरु द्रोणाचार्य शास्त्र विद्या ग्रहण कीती जिन्हां तों पितामा दादे आदिक जिन्ने भी ओ सारे इत्थे सुशोभित है जानियो पर अपर अपन परवारे अपन परवारे जानियो पर जानिया पैंदा है जेड़े सामने आए है मेरे नाल टक्कर लैन वास्ते लड़न वास्ते ये भी सारा अपना ही परिवार है सारे अपने ही है नाशक कैसे अब हो अब हुण मैं कुल नाशक कैसे होवो कुल दा नाशक किवें हो जावा क्योंकि कुल घाती गुर घाती वंश घाती ये बड़े माड़े ग्रंथा ने आखे है अपनी वंश का नाश करना इस वास्ते गुरु कलगीधर पातशाह जी कहते वंश घात करना नहीं जह सिंघन की रीत के सिंह ने सिंह ते वार नहीं करना ये सिंह की मर्यादा है इस तरह ही तो इस अर्जन ने मन में विचार की अगे जो आए है वह मेरी ही कुल है मेरे ही चचेरे आदिक बड़े है जिस करके इना नाल मैं की जंग करना अपनी वंश नू क्यों खत्म करना पर छत्र को ना जो अपर होर कोई इत्थे सत्तर दुश्मन तां मैनू दिसदा नहीं जिस नाल मैं दो हाथ करा दल ते निकास कर स्यंदन इस वास्ते अपर सत्र को इहा ना जोवो निज दल ते निकास कर स्यंदन अपने दल तो अपनी फौज चो अपना सिंदन कहिए राथ बखरा कीता है इस थल थित क्या आनंद सो नंदन जदों देखिया ना हाव भाव जा कृष्ण भगवान ने अर्जन दा के ससो पंज जे विच पै गया ना कोई ललकार वंगार जो युद्ध दी जो मर्यादा है वह कोई नहीं हो रही इस वल्लों वह सारी मर्यादा वेख के मन विच आया भी इहदे मन च भ्रम पै चुका है ये जंग लड़ना नहीं चाहुंदा जिस करके कृष्ण जी ने उस जंग दे मैदान विच जिथे फौज खड़ी है वह सारी फौज विचों अपना रथ हक्या एक बन्ने वखरा कर लिया नंद सो नंदन
ਨੰਦ ਜੀ ਦੇ ਨੰਦਨ ਪੁੱਤਰ ਕ੍ਰਿਸ਼ਨ ਜੀ ਨੇ ਜਦੋਂ ਅਰਜਨ ਜੀ ਦਾ ਆਸਾ ਜਾਣਿਆ ਨਾ ਵੀ ਇਹ ਤਾਂ ਛੱਡ ਚੁੱਕਾ ਆ ਆਪਣਾ ਕਮਾਨ, ਤੀਰਾਂ ਦਾ ਪੱਥਾ ਮੋਢੇ ਤੋਂ ਲਾਹ ਚੁੱਕਾ ਕਿ ਭਗਵਾਨ ਮੈਂ ਆਪਣਿਆਂ ਨੂੰ ਮਾਰਾਂ, ਇਸ ਤਰ੍ਹਾਂ ਦਾ ਆਸਾ ਜਾਣਿਆ ਕਰ ਉਪਦੇਸ਼ ਦਿਓ ਮਨ ਗਿਆਨਾ। ਤਦੋਂ ਉਪਦੇਸ਼ ਗਿਆਨ ਕਰਾਉਣ ਵਾਸਤੇ ਮਨ ਨੂੰ ਅਰਜਨ ਜੀ ਨੇ ਉਪਦੇਸ਼ ਦਿੱਤਾ। ਤਨ ਸੰਬੰਧ ਕੋ ਮਿਥਿਆ ਜਾਨ, ਅਰਜਨ ਜੀ ਨੂੰ ਉਪਦੇਸ਼ ਦਿੱਤਾ ਹੈ ਕ੍ਰਿਸ਼ਨ ਜੀ ਨੇ, ਕਹਿਣ ਲੱਗੇ ਪੁਰਖਾ ਆਹ ਤਨ ਸੰਬੰਧ ਸਰੀਰ ਦਾ ਜਿਹੜਾ ਸੰਬੰਧ ਹੈ ਨਾ, ਆਹ ਜਿਹੜੇ ਤੇਰੇ ਅੱਗੇ ਦਿਸਦੇ ਆ ਨਾ ਤੈਨੂੰ ਆਪਣੇ ਸਕੇ ਸਹੁਦਰੇ, ਕ੍ਰਿਸ਼ਨ ਜੀ ਕਹਿਣ ਲੱਗੇ ਇਹ ਤਾਂ ਸਾਰਾ ਵਿਅਰਥ ਹੈ ਸਰੀਰਾਂ ਦਾ ਸੰਬੰਧ। ਸਤ ਚੇਤਨ ਹੈ ਅਲਪ ਮਹਾਨ, ਸਤ ਚੇਤਨ ਹੈ ਅਲਪ ਮਹਾਨ, ਜੋ ਸਤ ਚੇਤਨ ਵਾਹਿਗੁਰੂ ਸਦਾ ਪਰਮੇਸ਼ਵਰ ਦੀ ਹੈ, ਸਰੀਰ ਦੇ ਅੰਦਰ ਵਸਣ ਵਾਲੀ ਸਤਾ ਦਾ ਨਾਮ ਸਤ ਚੇਤਨ, ਉਹ ਜੋ ਚੇਤਨ ਅਵਸਥਾ ਜੋ ਸਤ ਹੈ ਹਰ ਜਗ੍ਹਾ 'ਤੇ ਆਪਣਾ ਆਤਮ ਸਰੂਪ ਹੈ ਅਲਪ ਮਹਾਨ, ਉਹ ਮਹਾਨ ਕਹੀਏ ਬਹੁਤ ਜ਼ਿਆਦਾ, ਅਲਪ ਕਹੀਏ ਨਿਰਲੇਪ ਹੈ, ਵੱਖਰੀ ਹੀ ਹੈ ਜੋ ਤੇਰਾ ਆਤਮ ਹੈ, ਉਹ ਭਾਈ ਤੂੰ ਨਹੀਂ ਹੈ, ਇਸ ਵਾਸਤੇ ਤੂੰ ਆਤਮ ਅਹਿ ਦੇਹ ਤੇ ਨਿਆਰੋ। ਕਰਤਾ ਭੁਗਤਾ ਆਪ ਨਾ ਲਖੀਐ, ਇਸ ਕਰਕੇ ਅਰਜਨ ਜੀ ਗੀਤਾ ਦਾ ਉਪਦੇਸ਼ ਦਿੰਦੇ ਕ੍ਰਿਸ਼ਨ ਜੀ ਕਹਿਣ ਲੱਗੇ ਆਪਣੇ ਆਪ ਨੂੰ ਕਰਤਾ ਅਤੇ ਭੋਗਤਾ ਨਾ ਜਾਣ, ਵੀ ਮੈਂ ਆਹ ਜੰਗ ਕਰਨ ਵਾਲਾ ਹੈ, ਮੈਂ ਇੱਥੇ ਆਹ ਭੋਗਣ ਵਾਲਾ ਹੈ, ਇਹ ਤੂੰ ਆਪਣੇ ਆਪ ਨੂੰ ਕਰਤਾ ਭੋਗਤਾ ਨਾ ਜਾਣ। ਮਤ ਕਰ ਨਿਜ ਸਰੂਪ ਕੋ ਭਿਖੀਐ, ਮਤ ਕਰ ਨਿਜ ਸਰੂਪ ਕੋ ਭਿਖੀਐ, ਆਪਣੀ ਮਤ ਬੁੱਧੀ ਦੇ ਨਾਲ ਆਪਣੇ ਅਸਲ ਸਰੂਪ ਨੂੰ ਜਾਣ, ਇਸੇ ਵਾਸਤੇ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਗੀਤਾ 'ਚ ਤੂੰ ਕੌਣ ਹੈ, ਇਹੋ ਹੀ ਉਪਦੇਸ਼ ਦਿੱਤਾ ਵੀ ਭਾਈ ਤੂੰ ਕੀ ਲੈ ਕੇ ਆਇਆ ਇੱਥੇ, ਜੋ ਤੂੰ ਗਵਾ ਦਿੱਤਾ ਤੂੰ ਕਾਹਦੀ ਚਿੰਤਾ ਕਰਦੈ, ਇਕੱਲਾ ਆਇਆ ਸੀ, ਖਾਲੀ ਹੱਥ ਆਇਆ ਸੀ, ਖਾਲੀ ਹੱਥ ਇੱਥੋਂ ਜਾਏਗਾ, ਨਾ ਤੂੰ ਕੁਛ ਪਹਿਲਾਂ ਨਾਲ ਲੈ ਕੇ ਆਇਆ, ਜੋ ਕੁਛ ਲਿਆ ਜਹੀਂ ਸੇ ਲਿਆ ਔਰ ਵਹੀਂ ਛੋੜ ਦਿਆ, ਤੇਰਾ ਕਿਉਂ ਕਿਉਂ ਚਿੰਤਾ ਕਰਤਾ ਹੈ, ਇਸ ਤਰ੍ਹਾਂ ਦੇ ਉਪਦੇਸ਼ ਗੀਤਾ ਦੇ ਹੈ, ਜਿਸ ਕਰਕੇ ਸੁਣ ਕੇ ਅਰਜਨ ਨੇ ਉਹ ਜੋ ਸਿੱਟਿਆ ਤਨਖ ਸੀ ਚੱਕ ਲਿਆ। ਇਸ ਤੋਂ ਆਦਿਕ ਗੀਤਾ ਦੇ ਵਿੱਚ ਅਰਜਨ ਜੀ ਨੂੰ ਕ੍ਰਿਸ਼ਨ ਜੀ ਨੇ ਆਖਿਆ, ਸੁਣ ਕੇ ਅਰਜਨ ਜੀ ਨੂੰ ਹਿਰਦੇ 'ਚ ਆਪਣੇ ਆਪੇ ਦਾ ਗਿਆਨ ਹੋ ਗਿਆ। ਵਾਸਦੇਵ ਕ੍ਰਿਸ਼ਨ ਜੀ ਨੇ ਅਨੇਕਾਂ ਯੁਕਤੀਆਂ ਤੇ ਮੁਕਤੀਆਂ ਦੇ ਨਾਲ ਉਗਤੀਆਂ ਦੇ ਨਾਲ ਸਮਝਾਉਣਾ ਕੀਤਾ ਹੈ ਅਰਜਨ ਜੀ ਨੂੰ, ਐਦਾਂ ਸਮਝਾ ਸਮਝਾ ਕੇ ਬੜਾ ਵੱਡਾ ਜੰਗ ਦਾ ਅਖਾੜਾ ਕਰਵਾਇਆ, ਭਾਈਆਂ ਮਾਰਨ ਭਾਈ ਗੁਰੂ ਕਲੰਗੀ ਧਰਪਿਤਾ ਜੀ ਨੇ ਜਿਵੇਂ ਚੰਡੀ ਦੀ ਵਾਰ ਅੰਦਰ ਉਚਾਰਨ ਕੀਤਾ, ਉਸ ਟਾਈਮ ਐਸਾ ਗਿਆਨ ਦਿੱਤਾ ਅਰਜਨ ਜੀ ਨੂੰ ਕ੍ਰਿਸ਼ਨ ਜੀ ਨੇ, ਉਸ ਟਾਈਮ ਫਿਰ ਅਰਜਨ ਜੀ ਨੇ ਆਪਣੇ ਤਾਏ ਚਾਚਿਆਂ ਦੇ ਭਚੰਗੀ ਸਾਰੇ ਤੀਰਾਂ ਦਾ ਨਿਸ਼ਾਨਾ ਬਣਾ ਦਿੱਤੇ, ਸਾਰੇ ਮਾਰ ਦਿੱਤੇ, ਇਸ ਤਰ੍ਹਾਂ ਬੜਾ ਜੰਗ ਹੋਇਆ, ਠਾਕੁਰੀਆਂ ਖੱਪ ਗਈਆਂ ਜਿਹੜੇ ਜੰਗ ਦੇ ਵਿੱਚ, ਕਹਿੰਦੇ ਐਸਾ ਜੰਗ ਇਹਨੇ ਕਰਵਾਇਆ ਸੀ ਕੱਲੀ ਗੀਤਾ ਨੇ ਕਰਵਾਇਆ ਹੈ। ਇਸ ਥਲ ਪਾਤਸ਼ਾਹ ਜੀ ਕਹਿੰਦੇ ਭਾਈ ਆਹ ਜਿਹੜੀ ਜਗ੍ਹਾ ਹੈ ਨਾ, ਇੱਥੇ ਕ੍ਰਿਸ਼ਨ ਦਾ ਥਲ ਰਥ ਖੜਾ ਹੈ, ਇੱਥੇ ਰੋਕਿਆ ਸੀ, ਇੱਥੇ ਗੀਤਾ ਉਚਾਰਨ ਕੀਤੀ ਕ੍ਰਿਸ਼ਨ ਜੀ ਨੇ। ਅਰਜਨ ਦੇ ਨਾਲ ਇਹ ਜਗ੍ਹਾ ਜੋਤੀ ਸਰ ਥਾਂ ਤੇ ਭਾਈ ਗੀਤਾ ਉਚਾਰਨ ਕੀਤੀ ਹੈ, ਜਿਸ ਕਰਕੇ ਇਹ ਥਾਂ ਉਹ ਸਮੇਂ ਦੇ ਭਗਵਾਨ ਕ੍ਰਿਸ਼ਨ ਦੇ ਕਰਕੇ ਭਾਈ ਉਹ ਸਮੇਂ ਦੇ ਅਵਤਾਰ ਕਰਕੇ ਇਹ ਪਵਿੱਤਰ ਹੋ ਚੁੱਕਾ ਹੈ। ਸੰਗਤ ਸਗਰੀ ਕਰੋ ਇਸ਼ਨਾਨ, ਸਾਰੀਆਂ ਸੰਗਤਾਂ ਨੂੰ ਟਾਈਮ ਹੋਇਆ ਜਾਣ ਕੇ ਪਾਤਸ਼ਾਹ ਕਹਿੰਦੇ ਭਾਈ ਇਸ਼ਨਾਨ ਪਾਣ ਕਰੋ, ਇੱਥੇ ਕੋਈ ਇਹ ਨਹੀਂ ਗੰਗਾ ਦਾ ਮਹਾਤਮਾ ਇਸ਼ਨਾਨ ਦਾ ਸੰਗਤ ਜੀ, ਹੁਣ ਉਹ ਜਗ੍ਹਾ 'ਤੇ ਨਾ ਉਦੋਂ ਨਲਕੇ ਸੀ ਨਾ ਉਦੋਂ ਖੂਹੀਆਂ ਸੀ, ਗੰਗਾ ਦਾ ਕਿਨਾਰਾ ਹੈ ਜਿਸ ਕਰਕੇ ਉਦੋਂ ਦੀ ਮਰਿਆਦਾ ਗੁਰਮਤਿ ਦੇ ਵਿੱਚ ਪਖੰਡ ਕੋਈ ਨਹੀਂ, ਜੇ ਗੰਗਾ ਦੇ ਕਿਨਾਰੇ ਜਾਂਦੇ ਹੈ ਤੇ ਉਤਰ ਕੇ ਗੰਗਾ ਵਿੱਚ ਇਸ਼ਨਾਨ ਕਰ ਲਿਆ, ਕੋਈ ਇਹ ਨਹੀਂ ਵੀ ਭਾਵਨਾ ਵਿਗੜ ਗਈ ਸਾਡੀ, ਇਸ਼ਨਾਨ ਕਰਨਾ ਜਲ ਵਿੱਚ ਕਰਨਾ, ਜਿੱਥੇ ਪਾਣੀ ਮਿਲਦਾ ਕਹਿੰਦੇ ਇਸ਼ਨਾਨ ਅਰਦਾਨ ਦਉ ਨਹੀਂ ਹੋਵਤ, ਇਤ ਜੀਵਨ ਤੇ ਮਰ ਜਾਣ ਭਲੋਰ, ਚੰਗਾ ਇਦੂ ਮਰ ਜਾਣਾ ਜਿੱਥੇ ਇਸ਼ਨਾਨ ਨਹੀਂ ਹੁੰਦਾ। ਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਬਿਹਾਰ ਨੂੰ ਗਏ ਆ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਪਟਨਾ ਸਾਹਿਬ ਦੀ ਧਰਤੀ, ਇੱਥੋਂ ਚਾਚੇ ਫੱਗੂ ਨੂੰ ਮਿਲਣ ਵਾਸਤੇ ਜਦੋਂ ਚੱਲੇ ਪਾਤਸ਼ਾਹ ਜੀ, ਇੱਕ ਕਰਮਨਾਸਾ ਨਦੀ ਆਉਂਦੀ ਆ ਰਸਤੇ ਵਿੱਚ,
ਜਿੱਥੋਂ ਦਾ ਮੰਨਿਆ ਜਾਂਦਾ ਵੀ ਇੱਥੇ ਇਸ਼ਨਾਨ ਕਰਨ ਨਾਲ ਮਨੁੱਖ ਦੇ ਕਰਮਾਂ ਦਾ ਨਾਸ਼ ਹੋ ਜਾਂਦਾ, ਉੱਥੇ ਕੋਈ ਇਸ਼ਨਾਨ ਨਹੀਂ ਕਰਦਾ। ਪਰ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹ ਕਰਮ ਨਾਸਾ ਨਦੀ ਦੇ ਵਿੱਚ ਇਸ਼ਨਾਨ ਕੀਤਾ। ਕਹਿਣ ਲੱਗੇ ਭਾਈ ਅੱਜ ਤੋਂ ਇਹ ਨਦੀ ਕੁਕਰਮ ਨਾਸਾ ਬਣ ਗਈ, ਜਿਹੜੀ ਕਰਮਾਂ ਨੂੰ ਨਾਸ਼ ਕਰਨ ਵਾਲੀ ਸੀ, ਸ਼ੁਭ ਕਰਮਾਂ ਨੂੰ ਨਾਸ਼ ਕਰਨ ਵਾਲੀ, ਜਿਹਨੂੰ ਸਰਾਫਿਆ ਹੋਇਆ ਸੀ ਵਿਸ਼ਨੂੰਆਂ ਸ਼ਿਵਜੀਆਂ ਤੋਂ ਲੈ ਕੇ ਕਿ ਇਹਦੇ ਵਿੱਚ ਇਸ਼ਨਾਨ ਕਰਨ ਵਾਲਾ ਉਹ ਸਰਾਫੀ ਰੂਹ ਹੈ, ਉਹਦੇ ਸਾਰੇ ਪਵਿੱਤਰ ਕਰਮ ਨਾਸ਼ ਹੋ ਜਾਣਗੇ। ਸੱਚੇ ਪਾਤਸ਼ਾਹ ਧੰਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਸ ਨਦੀ ਦੇ ਵਿੱਚ ਇਸ਼ਨਾਨ ਕੀਤਾ ਅਤੇ ਵਚਨ ਕੀਤਾ ਗੁਰਸਿੱਖ ਹੋਏ ਵਹਿਮ ਨਹੀਂ ਕਰਨਾ ਕਿਸੇ ਸਿੱਖ ਨੇ, ਇਹ ਨਦੀ ਤਾਂ ਕੁਕਰਮਾਂ ਨੂੰ ਨਾਸ਼ ਕਰਨ ਵਾਲੀ ਹੈ। ਆਹ ਸਰੀਰ ਦੇ ਜੋ ਆਧੀ ਵਿਆਧੀ ਹੈ ਸਰੀਰ ਦੇ, ਉਹ ਦੂਰ ਹੁੰਦੇ ਆ ਇਸ਼ਨਾਨ ਕੀਤਿਆਂ। ਮੋਇਆਂ ਜੀਵਦਿਆਂ ਗਤ ਹੋਵੇ ਜੈ ਸਿਰ ਪਾਈਐ ਪਾਣੀ, ਗੁਰਬਾਣੀ ਦਾ ਮਹਾਂਵਾਕ ਹੈ, ਪਵਣ ਗੁਰੂ ਪਾਣੀ ਪਿਤਾ ਮਹਾਤਮ ਹੈ। ਇਸ ਵਾਸਤੇ ਜਲ ਜਿੱਥੇ ਮਿਲੇ, ਗੰਗਾ ਦਾ ਮਿਲ ਜੇ ਜਲ, ਉਹਦਾ ਵੀ ਕੋਈ ਵਹਿਮ ਜਾਂ ਨਹੀਂ ਕਰਨਾ ਵੀ ਅਸੀਂ ਖਣੀ ਬ੍ਰਾਹਮਣੀ ਮਰਿਆਦਾ ਕਰ ਰਹੇ ਹਾਂ। ਅਤੇ ਜਿਹੜੀ ਜਿੱਥੇ ਵੀ ਭਾਈ ਗੁਰੂ ਕੇ ਸਿੱਖ ਦੀ ਮਰਿਆਦਾ ਹੈ, ਜਿੱਥੇ ਉਹਨੇ ਵੇਖਿਆ ਵੀ ਇੱਥੇ ਹੁਣ ਮੈਨੂੰ ਸਰੀਰ ਨੂੰ ਗਰਮੀ ਮੁੜਕਾ ਆ ਰਿਹਾ ਹੈ, ਜਾਂ ਗੁਰੂ ਕਾ ਸਿੱਖ ਦੇ, ਜਾਂ ਇਹ ਨਾ ਮੰਨੇ ਵੀ ਹਾਂ ਵੀ ਗੰਗਾ ਦਾ ਇਸ਼ਨਾਨ ਮੈਨੂੰ ਮੁਕਤ ਕਰੇਗਾ, ਇਹ ਮਨਮੱਤ ਹੈ। ਇਹ ਮਨਮੱਤ ਨਹੀਂ, ਇਸ਼ਨਾਨ ਕਰਕੇ ਆ ਮੁੜਕਾ ਜਾਂ ਸਰੀਰ 'ਚੋਂ ਬਦਬੋ ਮੁਸ਼ਕ ਮਾਰਦਾ ਉਹ ਦੂਰ ਹੋ ਜਾਣਾ, ਇਹ ਕਾਹਦੀ ਮਨਮੱਤ ਹੈ ਬਈ? ਇਸ਼ਨਾਨ ਕਰਕੇ ਥਕੇਵਾਂ ਦੂਰ ਹੋ ਗਿਆ, ਇਹ ਕਿਹੜੀ ਮਨਮੱਤ ਹੋ ਗਈ ਬਈ? ਅੰਮ੍ਰਿਤ ਵੇਲਾ ਸੰਭਾਲਿਆ, ਗੰਗਾ ਦਾ ਇਸ਼ਨਾਨ ਕਰ ਲਿਆ, ਚਾਹੇ ਜਮਣਾ ਦਾ ਕਰ ਲਿਆ, ਚਾਹੇ ਗੋਦਾਵਰੀ ਦਾ, ਜਿੱਥੋਂ ਦਾ ਮਰਜ਼ੀ ਇਸ਼ਨਾਨ ਕਰ ਲਿਆ, ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾਉ। ਗੁਰੂ ਕੇ ਸਿੱਖ ਦੀ ਦਰਿਆ ਨਾਲ ਦੋਸਤੀ ਹੈ, ਨਦੀ ਨਾਲ ਦੋਸਤੀ ਹੈ। ਉਹਨੇ ਪਹਿਲਾਂ ਉੱਠਣ ਸਾਰ ਚਿੜੀ ਚੁਹੱਕੀ ਪੋਹ ਫੁੱਟੀ ਵਗਨ ਬਹੁਤ ਤਰੰਗ, ਜਦੋਂ ਅੰਮ੍ਰਿਤ ਵੇਲਾ ਹੁੰਦਾ ਗੁਰੂ ਕੇ ਸਿੱਖ ਦੀ ਭਾਵਨਾ ਹੁੰਦੀ ਹੈ, ਉਹ ਉੱਠ ਕੇ ਦਰਿਆਵਾਂ ਦਾ ਦੋਸਤੀ ਗੰਢਦਾ, ਕਿਰਿਆ ਕਰਮ ਕਰਦਾ, ਦਾਤਨ ਕੁਰਲਾ ਕਰਦਾ, ਇਸ਼ਨਾਨ ਪਾਣ ਕਰਕੇ ਸੁਰਤ ਵਿਰਤ ਕਾਗਰ ਕਰਕੇ ਵਾਹਿਗੁਰੂ ਦੀ ਬੰਦਗੀ ਕਰਦਾ, ਇਹ ਗੁਰੂ ਕੇ ਸਿੱਖ ਦਾ ਕਰਮ ਹੈ। ਇਸ ਵਾਸਤੇ ਇਹ ਉਹ ਟਾਈਮ ਹੈ ਇੱਕ ਜਦੋਂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਸ਼ਨਾਨ ਪਾਣ ਦਾ ਟਾਈਮ ਹੈ, ਕਿਰਿਆ ਕਰਮ ਕਰੀਏ, ਕਿਉਂਕਿ ਦੋ ਟਾਈਮ ਇਸ਼ਨਾਨ ਗਰਮੀ ਦੀ ਰੁੱਤ ਦੇ ਵਿੱਚ ਆਪਾਂ ਆਮ ਹੀ ਸਾਰੇ ਕਰ ਲੈਂਦੇ ਹਾਂ, ਇਹ ਤਰ੍ਹਾਂ ਦੀ ਮਰਿਆਦਾ ਹੈ, ਕੋਈ ਨਾ ਤਾਂ ਕੋਈ ਮਨਮੱਤ ਹੈ। ਅਤੇ ਇਸ਼ਨਾਨ ਕਰਨਾ ਤਾਂ ਭਾਈ ਕਹਿੰਦੇ ਮਨੁੱਖ ਖਾ ਕੇ ਤਾਂ ਪਛਤਾ ਲੈਂਦਾ, ਨਹਾ ਕੇ ਨਹੀਂ ਪਛਤਾਉਂਦਾ, ਸਾਡੇ ਸਿਆਣੇ ਬਜ਼ੁਰਗ ਕਹਿੰਦੇ ਇਹ ਗੱਲਾਂ। ਇਸ ਵਾਸਤੇ ਇਸ਼ਨਾਨ ਕੀਤਾ ਮਹਾਰਾਜ ਪਾਤਸ਼ਾਹ ਜੀ ਨੇ, ਸੰਗਤਾਂ ਨੂੰ ਹੁਕਮ ਦਿੱਤਾ ਇਸ਼ਨਾਨ ਪਾਣ ਕਰੋ ਭਾਈ। ਸੁਣ ਕੇ ਸਿੱਖਾਂ ਨੇ ਬੜਾ ਸੁੱਖ ਪਾਇਆ, ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਦਾਨ ਕੀਤਾ ਉਸ ਟਾਈਮ। ਬਾਹਰੋ ਫਿਰ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਥਨੇਸਰ ਵਾਲੀ ਜਗ੍ਹਾ ਤੇ ਚਲੇ ਗਏ, ਬਹੁਤੀਆਂ ਸੰਗਤਾਂ ਨਾਲ ਹੈ, ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਇੱਥੇ, ਖਾਣ ਪਾਣ ਕਰਨ ਇਸ ਵਿਸਰਾਮੇ, ਲੰਗਰ ਪਾਣੀ ਪ੍ਰਸਾਦ ਪਾਣੀ ਛਕਣ ਉਪਰੰਤ ਰਾਤਰੀ ਵਿਸ਼ਰਾਮ ਟਿਕਾ ਕੀਤਾ ਪਾਤਸ਼ਾਹ ਜੀ ਨੇ, ਕਰਨ ਕੀਰਤਨ ਉੱਠ ਰਹਿ ਜਾਮੇ, ਤੇ ਕਰਨ ਕੀਰਤਨ ਉੱਠ ਰਹਿ ਜਾਮੇ, ਜਦੋਂ ਇੱਕ ਪਹਿਰ ਰਾਤਰੀ ਰਹਿ ਜਾਂਦੀ ਹੈ ਅੰਮ੍ਰਿਤ ਵੇਲਾ, ਉੱਠ ਕੇ ਕੀਰਤਨ ਬੰਦਗੀ ਵਿੱਚ ਜੁੜ ਜਾਂਦੇ ਹੈ, ਰਾਗਨ ਕੀਰਤਨ ਸੁੰਦਰ ਸਾਥ, ਰਾਗਾਂ ਦੀ ਸੁੰਦਰ ਧੁਨੀ ਦੇ ਨਾਲ ਉਪਜਤ ਪ੍ਰੇਮ ਪਰਮੇਸ਼ਰ ਨਾਥ, ਜਿਸ ਨਾਲ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨਾਥ ਕਹੀਏ ਮਾਲਕ ਦੇ ਨਾਲ ਪ੍ਰੇਮ ਉਪਜਤ ਪੈਦਾ ਹੁੰਦਾ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਪ੍ਰਧਾਨ ਕਰਮ ਹੈ ਕਲਯੁਗ ਦਾ ਭਾਈ, ਜਿਹੜਾ ਗੁਰੂ ਵੱਲ ਮੁਖ ਕਰਕੇ ਜਪਦਾ ਹੈ ਉਹਦਾ ਧਿਆਨ ਇਕਾਗਰ ਹੁੰਦਾ ਹੈ, ਆਤਮਾ ਇਕਾਗਰ, ਸੁਰਤ ਵਿਰਤ ਇਕਾਗਰ ਹੁੰਦੀ ਹੈ, ਆਪਣੇ ਆਪੇ ਆਤਮ ਤੱਤ ਦਾ ਗਿਆਨ ਹੁੰਦਾ ਹੈ ਉਸ ਨੂੰ, ਭਇਓ ਪ੍ਰਕਾਸ਼ ਪ੍ਰਾਤ ਕੋ, ਜਦੋਂ ਸਵੇਰ ਹੋਇਆ ਇਸ ਵਾਸਤੇ ਪ੍ਰਕਾਸ਼ ਹੋਇਆ ਤੇ ਸੂਰਜ ਚੜ੍ਹਨ ਦਾ ਸਮਾਂ ਹੋ ਗਿਆ, ਜਦੋਂ ਪੋਹ ਫੁੱਟੀ ਕੀਨ ਤੀਰਥਨ ਵਿਖੇ ਸ਼ਨਾਨਾ, ਫਿਰ ਸੱਚੇ ਪਾਤਸ਼ਾਹ ਜੀ ਨੇ ਤੀਰਥਾਂ ਆਦਿਕਾਂ ਦਾ ਮਹਾਤਮ ਦੱਸਿਆ, ਭਾਈ ਇਹ ਫਲਾਨਾ ਤੀਰਥ ਹੈ, ਇਸ਼ਨਾਨ ਪਾਣੀ ਆਦਿਕ ਕੀਤੇ, ਸਰਸਵਤੀ ਸਲਤਾ ਜਲ ਪਾਵਨ, ਜਿੱਥੇ ਸ੍ਰਿਸ਼ਟੀ ਦਾ ਪਵਿੱਤਰ ਜਲ ਵਹਿ ਰਿਹਾ ਹੈ, ਗਇਓ ਪ੍ਰਵਾਹ ਪੁੰਨ ਬਹੁ ਥਾਵਨ, ਜਿੱਥੇ ਸ੍ਰਿਸ਼ਟੀ ਦਾ ਬਹੁਤੇ ਪੁੰਨ ਕਹੀਏ ਪਵਿੱਤਰ ਪ੍ਰਵਾਹ ਬਹੁਤੇ ਥਾਂ ਹੋ ਕੇ ਵਹਿ ਰਿਹਾ, ਤੀਰਥ ਬ੍ਰਿੰਦ ਵਿਖ
ਸਭ ਹਵਾਰੀ। ਬ੍ਰਿੰਦ ਕਹੀਏ ਸਮੂਹ ਤੀਰਥਾਂ ਦੇ ਵਿੱਚ ਉਹ ਜਲ ਪ੍ਰਵੇਸ਼ ਕਰਦਾ ਜਾ ਰਿਹਾ ਹੈ। ਪਾਵਨ ਕਰੀ ਭੂਮਿਕਾ ਸਾਰੀ, ਜਿਸ ਜਲ ਨੇ ਸਾਰੀ ਪ੍ਰਿਥਵੀ ਪਵਿੱਤਰ ਕਰ ਦਿੱਤੀ ਹੈ। ਭਾਈ ਜਿੱਥੇ ਪਾਣੀ ਪਹੁੰਚ ਜਾਂਦਾ ਸੰਗਤ ਜੀ, ਉੱਥੇ ਹਰਿਆਵਲਤਾ ਹੋ ਜਾਂਦੀ ਹੈ, ਖੇਤੀਆਂ ਹੁੰਦੀਆਂ, ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਇਸ ਮੈਂ ਇਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਨ ਕੀਤਾ ਪ੍ਰਸੰਨਤਾ ਦੇ ਸਹਿਤ। ਜਪ ਪ੍ਰਭ ਵਾਹਿਗੁਰੂ ਪਰਮੇਸ਼ਵਰ ਦੀ ਬੰਦਗੀ ਇਬਾਦਤ ਕੀਤੀ ਤੇ ਦਾਨ ਦਿੱਤਾ ਹੈ ਪਾਤਸ਼ਾਹ ਜੀ ਨੇ ਖੁੱਲੇ ਗੱਫੇ, ਉਹ ਟਾਈਮ ਜਦ ਗਰੀਬ ਮੰਗ ਤੇ ਆਦਿਕ ਆਏ ਸਭ ਨੂੰ, ਸਭ ਤੀਰਥ ਔਰ ਨਗਰ ਮਝਾਰਾ, ਸਾਰੇ ਤੀਰਥਾਂ ਅਤੇ ਨਗਰ ਦੇ ਵਿੱਚ ਉਚਾਰਨ ਕਰਦੀ ਹੈ ਮਾਨਵਤਾ ਤੀਰਥਾਂ ਵਾਲੀ। ਸ੍ਰੀ ਨਾਨਕ ਤੇ ਤੀਰਥ ਥਾਨ, ਤੀਸਰ ਥਾਨ ਕੇ ਧੰਨ ਸਤਿਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਜੀ ਦੇ ਤੀਸਰੇ ਸਰੂਪ ਬੈਠੇ ਗਾਦੀ ਗੁਰੂ ਮਹਾਨ, ਜੋ ਮਹਾਨ ਵੱਡੇ ਗੁਰੂ ਪਾਤਸ਼ਾਹ ਜੀ ਹੈ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਉਹ ਗੱਦੀ ਤੇ ਸੁਸ਼ੋਭਿਤ ਹੋਏ ਹੈ। ਸੋ ਉਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੀਰਥ ਕਰਨ ਲਈ ਆਏ ਹੈ। ਮਹਾਂ ਜੋਤ ਜਿਨ ਜਿਨ ਜਿਨ੍ਹਾਂ ਨੇ ਮਹਾਨ ਜੋਤ ਸੰਸਾਰ ਵਿੱਚ ਪ੍ਰਗਟ ਕੀਤੀ ਹੈ, ਸੰਨਿਆਸੀ ਬ੍ਰਹਮਚਾਰੀ ਬ੍ਰਿੰਦ, ਤਾਂ ਉਹ ਜਿੰਨੇ ਵੀ ਤੀਰਥਾਂ ਤੇ ਸੁਨਿਆਸੀ, ਸੁਨਿਆਸੀ ਦਾ ਅਰਥ ਨਾ ਸੁਨਿਆਸੀ, ਜਿਨ੍ਹਾਂ ਨੇ ਆਪਣੀਆਂ ਆਸਾਂ ਦਾ ਅਭਾਵ ਕਰ ਲਿਆ, ਕੋਈ ਫੁਰਨਾ ਸੰਕਲਪ ਨਹੀਂ ਸੰਸਾਰ ਦੀ ਵਾਸਨਾ ਦਾ, ਉਹਨੂੰ ਸੁਨਿਆਸੀ ਆਖਿਆ ਜਾਂਦਾ। ਬ੍ਰਹਮਚਾਰੀ, ਬ੍ਰਹਮਚਾਰ ਪਾਲਣ ਵਾਲੇ, ਜਤੀ ਸਤੀ ਜਿਹਨੂੰ ਕਹਿ ਦਈਏ, ਬ੍ਰਿੰਦ ਕਹੀਏ ਸਮੂਹ, ਪੰਡਿਤ ਵਿਦਿਆ ਵਿਖੇ ਬੁਲੰਦ, ਤੇ ਪੰਡਿਤ ਕਹੀਏ ਵਿਦਵਾਨ ਸੀ ਜਿਹੜੇ ਵਿਦਿਆ ਵਿਖੇ ਬੁਲੰਦ, ਜਿਹੜੇ ਵਿਦਿਆ ਦੇ ਬੜੇ ਬੁਲੰਦ ਕਹੀਏ ਵੱਡੇ ਗਿਆਨੀ ਸੀ, ਇਸ ਵਾਸਤੇ ਬੜੇ ਵਿਦਵਾਨ ਸਨ। ਬੈਰਾਗੀ ਆਦਿਕ ਬਹੁ ਵੇਖਣ, ਉਹ ਗਿਆਨਾਂ ਸਿਓ ਵੀ ਆਏ ਹੈ ਤੇ ਬੈਰਾਗੀ ਆਦਿਕ ਬਹੁ ਵੇਖਣ, ਤੇ ਇਸ ਵਾਸਤੇ ਵੈਰਾਗੀ ਜਿਨ੍ਹਾਂ ਨੇ ਸਭ ਕੁਝ ਤਿਆਗ ਦਿੱਤਾ, ਪਰਮੇਸ਼ਵਰ ਦਾ ਇੱਕ ਵੈਰਾਗ ਹੋ ਗਿਆ, ਤੇ ਆਦਿਕ ਬਹੁ ਵੇਖਣ, ਇਹਨਾਂ ਤੋਂ ਆਦਿਕ ਬਹੁਤੇ ਭੇਖਾਂ ਦੇ, ਜਿਹੜੇ ਆਪਣੇ ਆਪ ਨੂੰ ਉੱਚ ਕੋਟੀ ਦੇ ਮਹਾਤਮਾ ਕਹਿੰਦੇ ਸਨ, ਇਹ ਵੀ ਚੱਲ ਕੇ ਸਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਆਏ ਹੈ। ਗ੍ਰਹਿਸਤੀ ਮਨੁੱਖ ਤੇ ਗੁਰੂ ਕੇ ਸਿੱਖ ਕਿੰਨੇ ਹੀ, ਗੁਰੂ ਦਰ ਸਹਿਤ ਆਏ ਤੇ ਸਤਿਗੁਰੂ ਧੰਨ 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 ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਪਰਸਨ ਵਾਸਤੇ ਆਏ ਹੈ। 23 ਕਹੀਏ ਉਹ ਸਾਰੇ ਲੇਕਰ ਲੈ ਕੇ ਆਪਣੇ ਹੱਥਾਂ ਵਿੱਚ, ਕਿਉਂਕਿ ਮਰਿਆਦਾ ਹੈ, ਨੀਤੀ ਦੱਸਦੀ ਹੈ, ਕਹਿੰਦੇ ਰਿਕਤ ਪਣ ਦਰਸੈ ਨਹੀਂ ਭੂਪ ਪਿਛਕ ਗੁਰਦੇਵ, ਫਲ ਦੀ ਇਹ ਫਲ ਪਾਈਐ ਫਲ ਹੈ ਨਾ ਫਲ ਬਿਨ ਸੇਵ, ਕਹਿੰਦੇ ਖਾਲੀ ਹੱਥ ਨਹੀਂ ਮਿਲਣਾ ਚਾਹੀਦਾ ਭੂਪ ਰਾਜੇ ਨੂੰ, ਪਿਛਕ ਭਿਖਾਰੀ ਨੂੰ, ਤੇ ਆਪਣੇ ਇਸ਼ਟ ਗੁਰੂ ਨੂੰ, ਗੁਰਦੇਵ ਨੂੰ। ਇਸ ਵਾਸਤੇ ਫਲ ਦੇ ਕੇ ਫਲ ਦੀ ਪ੍ਰਾਪਤੀ ਹੈ, ਗ੍ਰੰਥਾਂ ਦੇ ਇਕਰਾਰ ਹੈ, ਇਹ ਬਚਨ ਹੈ, ਤਾਂ ਇਸ ਵਾਸਤੇ ਇਹ ਆਪਣੇ ਹੱਥਾਂ ਵਿੱਚ ਪਵਿੱਤਰ ਪਕਵਾਨ ਲੈ ਕੇ ਚੱਲੇ ਹੈ। ਕਿਸੇ ਨੇ ਸੁੰਦਰ ਬਗੀਚੀ ਵਿੱਚੋਂ ਸੁਮਨ ਕਹੀਏ ਗੁਲਾਬ ਆਦਿਕ ਦੇ ਫੁੱਲ ਤੋੜ ਲਏ ਆ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ, ਕੋਈ ਮੂਲ ਕਹੀਏ ਫਲ ਹੀ ਲੈ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛਕਾਉਣ ਵਾਸਤੇ, ਚਾਰੇ ਵਰਨਾਂ ਦੇ ਲੋਕ ਆ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ ਭੇਟਾਵਾਂ ਅਰਪਣ ਕਰ ਰਹੇ ਹੈ। ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਮੋ ਕਹੀਏ ਨਮਸਕਾਰਾਂ ਕਰ ਕਰਕੇ ਦਰਸ਼ਨ ਕਰਦੇ ਨੇ ਪਾਤਸ਼ਾਹ ਜੀ ਦੇ, ਤੇ ਸਮੋ ਕਹੀਏ ਓਸ਼ਟ ਸਮੋ ਕਹੀਏ ਟਾਈਮ ਭਾਰੀ ਭੀੜ ਪਈ, ਬੜੀ ਭੀੜ ਹੋ ਗਈ ਹੈ ਸਤਿਗੁਰਾਂ ਦੇ ਹਜ਼ੂਰ, ਤੇ ਦੇਖਦੇ ਨੇ ਸਾਰੇ ਸੰਨਿਆਸੀ ਬ੍ਰਾਹਮਣ ਵਿਦਵਾਨ ਪੰਡਿਤ ਜਿਹੜੇ ਆ ਵੇਦਾਂ ਦੇ, ਇਸ ਵਾਸਤੇ ਵੈਰਾਗੀ ਤਿਆਗੀ ਬ੍ਰਹਮਚਾਰੀ ਉਹ ਮਹਾਰਾਜ ਪਾਤਸ਼ਾਹ ਜੀ ਦੇ ਦੇਖਤ ਸਰਬ ਪ੍ਰਤਾਪ ਉਚੇਰੇ ਦੇਖਦੇ ਹੈ, ਸਾਰੇ ਆ ਕੇ ਸਤਿਗੁਰਾਂ ਦਾ ਰੂਹਾਨੀਅਤ ਦੇ ਮੁਜੱਸਮੇ ਪਾਤਸ਼ਾਹ ਜੀ ਨੂੰ, ਔਰ ਸਤਿਗੁਰਾਂ ਦੇ ਦਰਬਾਰ ਦੀ ਠਾਠ ਵਾਠ ਨੂੰ, ਔਰ ਸਤਿਗੁਰੂ ਪਾਤਸ਼ਾਹ ਜੀ ਦੀਆਂ ਭਉ ਭਗਤੀ ਵਾਲੀਆਂ ਸੰਗਤਾਂ ਨੂੰ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰੂਹਾਨੀਅਤ ਦੇ ਸਰੂਪ ਪਾਵਨ ਮੁਖਾਰਵਿੰਦ ਨੂੰ, ਮਾਨੋ ਵੀ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ
ਵੱਡੇ ਗਿਆਨ ਨੇ ਹੀ ਆਪਣਾ ਸਰੂਪ ਧਾਰਿਆ, ਸੰਪੂਰਨ ਗਿਆਨ ਹੀ ਆਪਣਾ ਸਰੂਪ ਧਾਰ ਕੇ ਸਤਿਗੁਰੂ ਅਮਰਦਾਸ ਸਰੂਪ ਹੋ ਕੇ ਜਗਤ ਨੂੰ ਤਾਰ ਰਹੇ ਹੈ। ਪੰਡਿਤ ਔਰ ਸੰਨਿਆਸੀ ਬ੍ਰਹਮਦ, ਪੰਡਿਤ ਵਿਦਵਾਨ ਹੈ ਜਿਹੜੇ ਸੰਨਿਆਸੀ, ਜਿਨ੍ਹਾਂ ਨੇ ਆਸਾਂ ਦਾ ਉਭਾਵ ਕਰ ਲਿਆ ਸਾਰੇ, ਇਹ ਹੰਕਾਰ ਬਿਲੰਦ, ਇਹ ਫਿਰ ਸਤਿਗੁਰਾਂ ਦੇ ਨੇੜੇ ਜੇ ਹੋ ਕੇ ਬੈਠ ਗਏ, ਜਿਨ੍ਹਾਂ ਨੂੰ ਆਪਣੇ ਸੰਨਿਆਸ ਦਾ ਵੀ ਹੰਕਾਰ, ਜਿਨ੍ਹਾਂ ਨੂੰ ਆਪਣੀ ਵਿਦਵਤਾ ਦਾ ਪਾਰਾ ਸਿਰ 'ਤੇ ਗੂੰਜ ਰਿਹਾ ਸੀ, ਜਿਨ੍ਹਾਂ ਦੇ ਇਹ ਸਾਰੇ ਮਹਾਰਾਜ ਦੇ ਨੇੜੇ ਜੇ ਹੋ ਕੇ ਬੈਠ ਗਏ ਅਤੇ ਬੈਠੇ ਪਤਾ ਕਿਵੇਂ ਹੈ, ਵੀ ਐਂ ਬੈਠਿਆ ਵੀ ਅਸੀਂ ਕੁਛ ਹਾਂ, ਅਸੀਂ ਵਿਦਵਾਨ ਹੈ, ਅਸੀਂ ਸੰਨਿਆਸੀ ਹੈ, ਐਂ ਹੋ ਕੇ ਬੈਠੇ ਆ ਮਹਾਰਾਜ ਪਾਤਸ਼ਾਹ ਜੀ ਦੇ ਕੋਲੇ। ਸਤਿਗੁਰ ਕੋ ਦਰਸ਼ਨ ਕਰਿਓ, ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦੀਦਾਰ ਵੀ ਕੀਤੇ ਆ, ਬੰਦਨ ਕੋ ਪ੍ਰਸ਼ਨ ਉਚਾਰਿਓ, ਨਮਸਕਾਰ ਕੀਤੀ ਪਾਤਸ਼ਾਹ ਜੀ ਨੂੰ, ਕਿਉਂਕਿ ਫਿਰ ਵੀ ਵਿਦਵਾਨ ਸੀ, ਵਿਦਵਾਨ ਦੀ ਮਰਿਆਦਾ ਹੁੰਦੀ ਆ ਭਾਈ, ਇਸ ਵਾਸਤੇ ਵਿਦਵਾਨ ਦੀ ਮਰਿਆਦਾ, ਵਿਦਵਾਨ ਹੁੰਦਾ ਹੀ ਉਹ ਹੈ ਜਿਹਦੇ ਕੋਲੇ ਦਸਤਾਰ ਗੁਫਤਾਰ ਰਫਤਾਰ ਦੀ ਮਰਿਆਦਾ ਜਿਹਨੂੰ ਆ ਜਾਂਦੀ ਆ, ਉਹ ਗਿਆਨ ਧਿਆਨ ਵਿੱਚ ਪਰਿਪੱਕ ਹੋ ਜਾਂਦਾ। ਇਸ ਵਾਸਤੇ ਜਿਹਨੂੰ ਕਹਿਣੀ ਆ ਗਈ, ਕਹਿਣਾ ਸਹਿਣਾ ਰਹਿਣਾ ਇਹ ਮਨੁੱਖ ਦਾ ਗਹਿਣ ਹੈ, ਨੀਤੀ ਨਾਲ ਵਿਦਵਤਾ ਨਾਲ ਪ੍ਰਾਪਤ ਹੁੰਦਾ ਇਹ। ਇਸ ਤਰ੍ਹਾਂ ਇਹ ਜਿੰਨੇ ਸੀ ਇਹ ਵਿਦਵਾਨ ਲੋਕ ਹੈ, ਪਾਤਸ਼ਾਹ ਜੀ ਦੇ ਹਜ਼ੂਰ ਆਏ ਹੈ, ਪਰ ਹੰਕਾਰ ਆਪਣੇ ਆਪੇ ਦਾ ਜ਼ਰੂਰ ਹੈ ਵਿਦਵਾ, ਕਿਉਂਕਿ ਗੁਣ ਦਾ ਹੰਕਾਰ ਹੁੰਦਾ ਹੀ ਹੈ, ਅਤੇ ਇਸ ਵਾਸਤੇ ਇਹ ਆ ਕੇ ਬੈਠੇ ਨੇ। ਨਮਸਕਾਰ ਕਰਕੇ ਇਹਨਾਂ ਨੇ ਪ੍ਰਸ਼ਨ ਕੀਤਾ ਮਹਾਰਾਜ 'ਤੇ, ਕਹਿਣ ਲੱਗੇ ਜੀ ਸ਼੍ਰੀ ਨਾਨਕ ਜੋ ਕੀ ਨਸਵਾਨੀ। ਪੰਡਿਤ ਕਹਿਣ ਲੱਗੇ ਮਹਾਰਾਜ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਵੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਕਿਸ ਕੋ ਕਾਰਨ ਪਰਹ ਨਾ ਜਾਣੀ, ਕਿਸ ਕੋ ਕਾਰਨ, ਇਹਦਾ ਕਾਰਨ ਕਿਉਂ ਉਚਾਰਨ ਕੀਤੀ, ਇਹਦਾ ਕੀ ਕਾਰਨ ਸੀ, ਇਹਦਾ ਕਾਰਨ ਸਾਨੂੰ ਸਮਝ ਨਹੀਂ ਆ ਰਿਹਾ, ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਇਹ ਕਿਉਂ ਉਚਾਰਨ ਕੀਤੀ ਮਹਾਰਾਜ ਨੇ। ਅੱਗੇ ਸੋ ਵੇਦ ਪੁਰਾਣ, ਕਿਉਂਕਿ ਅੱਗੇ ਪਹਿਲਾਂ ਹੀ ਦੁਨੀਆਂ 'ਤੇ ਵੇਦ ਸੀ ਚਾਰ, 18 ਪੁਰਾਣ, ਸਿਮਰਤੀਆਂ ਸ਼ਾਸਤਰ, ਇੰਨਾ ਗਿਆਨ ਪਹਿਲਾਂ ਹੀ ਹੈ ਸੀ ਦੁਨੀਆਂ 'ਤੇ। ਸੁਣੈ ਬਿਸਤਰੈ ਜਹਾਨ, ਉਹ ਵੇਦਾਂ ਸਿਮਰਤੀਆਂ ਸ਼ਾਸਤਰਾਂ ਨੂੰ ਦੁਨੀਆਂ ਪੜ੍ਹਦੀ ਸੀ, ਸੁਣਦੀ ਸੀ, ਅਤੇ ਜਹਾਨ ਦੇ ਵਿੱਚ ਉਹ ਭਾਈ ਬਿਸਤਰਾ ਕਹੀਏ ਉਹਨਾਂ ਦਾ ਪ੍ਰਤਾਪ ਜਸ ਫੈਲਿਆ ਹੋਇਆ ਹੈ। ਕਲਿਆਣ ਕਰਤ ਸੰਨਿਆ ਜਗਿਆਸੀ, ਉਹ ਜਗਿਆਸੂ ਕਹੀਏ ਜਿਹੜੇ ਜਗਿਆਸੀ ਜਿਹਨਾਂ ਨੂੰ ਯਾਦ ਆ ਗਈ ਆ ਭਾਈ, ਕੋਈ ਚਾਹੁੰਦੇ ਆ ਵੀ ਅਸੀਂ ਸਾਨੂੰ ਮਨੁੱਖਾ ਜੀਵਨ ਮਿਲਿਆ ਇਹਨੂੰ ਖੱਟ ਜਾਈਏ, ਜਨਮ ਰਤਨ ਜਿਹਨੀ ਖੱਟਿਆ ਭਲੇ ਸੇਵਨ ਜਾਰੇ ਗੁਰਬਾਣੀ ਦਾ ਵੀ ਹੁਕਮ ਹੈ। ਜਗਿਆਸੂ ਉਸ ਨੂੰ ਆਖਿਆ ਜਾਂਦਾ ਜਿਹੜਾ ਭਾਈ ਪਰਮੇਸ਼ਵਰ ਦੇ ਰਸਤੇ ਚੱਲ ਪਿਆ। ਇਸ ਵਾਸਤੇ ਜਿਹੜੇ ਐਸੇ ਜਗਿਆਸੀ ਹੈ, ਚਾਹੁੰਦੇ ਹੈ ਕੋਈ ਆਪਣੇ ਮਨੁੱਖਾ ਜਨਮ ਨੂੰ ਖੱਟਣਾ, ਚੱਲੇ ਕਹੇ ਪਰ ਕੱਟ ਹੈ ਫਾਸੀ, ਕਹੇ ਪਰ ਕੱਟ ਹੈ, ਚੱਲੇ ਕਹੇ ਪਰ, ਉਹ ਵੇਦਾਂ ਸਿਮਰਤੀਆਂ ਸ਼ਾਸਤਰਾਂ ਦੇ ਕਹੇ ਤੇ ਚੱਲੇ ਚੱਲਦੇ ਰਹੇ ਤੇ ਆਪਣੀ ਫਾਹੀ ਕੱਟ ਲੈਂਦੇ ਆ ਜਨਮ ਮਰਨ ਦੀ। ਮੁਕਤ ਪੰਥ ਕੋ ਨੀਕੀ ਭਾਂਤ, ਤੇ ਨੀਕੀ ਭਾਂਤ ਕਹੀਏ ਚੰਗੀ ਤਰ੍ਹਾਂ ਇਹ ਮੁਕਤ ਪੰਥ ਹੈ। ਵੇਦਾਂ ਸਿਮਰਤੀਆਂ ਸ਼ਾਸਤਰਾਂ ਦੀ ਮਰਿਆਦਾ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਇਹ ਮੁਕਤੀ ਦਾ ਮਾਰਗ ਹੈ। ਵਰਨਿਆ ਉਪਦੇਸ਼ ਜੋ ਬਖਿਆਤ, ਤੇ ਇਸ ਵਾਸਤੇ ਵਰਨਿਆ ਉਪਦੇਸ਼ ਜੋ ਬਖਿਆਤ, ਜਿਹੜਾ ਬਖਿਆਤ ਪ੍ਰਗਟ ਹੀ ਬ੍ਰਹਮਾ ਆਦਿਕ ਵਿਦਵਾਨਾਂ ਨੇ, ਅਵਤਾਰਾਂ ਨੇ, ਪਰਮੇਸ਼ਵਰ ਦੀਆਂ ਸ਼ਕਤੀਆਂ ਨੇ, ਇਹ ਵੇਦ ਵਰਣਨ ਕੀਤਿਆ ਬਖਿਆਤ ਪ੍ਰਗਟ ਹੀ। ਤਿਨਕੇ ਹੋਤੇ ਸ੍ਰੀ ਗੁਰਬਾਨੀ, ਤਿਨਕੇ ਹੋਤੇ ਉਹਨਾਂ ਦੇ ਹੁੰਦਿਆਂ ਵੇਦਾਂ ਸਿਮਰਤੀਆਂ ਸ਼ਾਸਤਰਾਂ ਦੇ, ਫਿਰ ਗੁਰਬਾਣੀ ਜੋ ਹੈ ਗੁਰੂ ਬਾਣੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਉਚਾਰੀ ਹੈ। ਕਿਉਂਕਿ ਨਸ ਕੋਈ ਜਾਏ ਨਾ ਜਾਣੇ, ਇਹ ਕਿਉਂ ਉਚਾਰਨ ਕੀਤੀ ਹੈ ਜੀ, ਇਹ ਗੱਲ ਕੁਛ ਜਾਣੀ ਜੀ ਨਹੀਂ ਜਾਂਦੀ, ਬਣਦੀ ਜੀ ਨਹੀਂ ਵੀ ਇਹ ਕਿਉਂ ਉਚਾਰਨ ਕੀਤੀ ਹੈ। ਇਸ ਪ੍ਰਕਾਰ ਤਿਨਕੇ ਸੁਨਕਾਨ, ਇਸ ਪ੍ਰਕਾਰ ਇਸ ਤਰ੍ਹਾਂ ਇਹਨਾਂ ਪੰਡਤਾਂ ਸੰਨਿਆਸੀਆਂ ਤੋਂ ਜੋ ਹੰਕਾਰ ਨਾਲ ਭਰੇ ਹੋਏ ਹੈ, ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਕੰਨਾਂ ਵਿੱਚ ਸੁਣ ਕੇ ਸ੍ਰੀ ਗੁਰ ਕੀ ਨਾ ਸ਼ਬਦ ਬਖਾਨ, ਤਾਂ ਧੰਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੰਮ੍ਰਿਤ ਪਾਵਨ ਗੁਰਬਾਣੀ
ਗੁਰਬਾਣੀ 'ਤੇ ਕਿੰਤੂ ਕੀਤਾ, ਅੰਮ੍ਰਿਤ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਪਾਤਸ਼ਾਹ ਜੀ ਨੇ। ਸ੍ਰੀ ਮੁਖ ਵਾਕ ਮਹੱਲਾ ਤੀਜਾ, ਸਵਾਏ ਮਾਨ ਮੁਖ ਤੋਂ ਉਚਾਰਨ ਕਰਦੇ ਨੇ ਮਹੱਲਾ ਤੀਜਾ, ਤੀਸਰੇ ਸਰੂਪ ਧੰਨ 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 ਸਤਿਗੁਰੂ ਅਮਰਦਾਸ ਪਾਤਸ਼ਾਹ ਗੌੜੀ ਬੈਰਾਗਣ ਦਾ ਇਹ ਸ਼ਬਦ ਹੈ। ਜੈਸੇ ਧਰਤੀ ਉਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੈ ਪਾਣੀ ਨਾਹੀ। ਸਤਿਗੁਰੂ ਜੀ ਕਹਿਣ ਲੱਗੇ, ਐ ਪੰਡਿਤ ਜੀ, ਐ ਸੰਨਿਆਸੀ ਜੀ, ਇੱਕ ਗੱਲ ਦੱਸੋ, ਤੁਹਾਡਾ ਪ੍ਰਸ਼ਨ ਇਹਦਾ ਜੋ ਤੁਸੀਂ ਸ਼ੰਕਾ ਕੀਤਾ, ਪ੍ਰਸ਼ਨ ਕੀਤਾ, ਜੈਸੇ ਧਰਤੀ ਉੱਪਰ ਮੇਘਲਾ ਵਰਸਤ ਹੈ, ਜਿਵੇਂ ਧਰਤੀ ਉੱਪਰ ਮੇਘਲਾ ਕਹੀਏ ਬੱਦਲ ਵਰਸਤ ਹੈ, ਵਰਸਦਾ ਧਰਤੀ 'ਤੇ ਬੱਦਲ ਵਰਸਦਾ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਆ, ਕਿਆ ਧਰਤੀ ਮਦੇ ਪਾਣੀ ਨਾਹੀਂ। ਪੰਡਿਤ ਜੀ, ਕੀ ਧਰਤੀ ਵਿੱਚ ਪਾਣੀ ਹੈ ਨਹੀਂ? ਜੇ ਧਰਤੀ ਵਿੱਚ ਪਾਣੀ ਆ, ਬੱਦਲ ਕਿਉਂ ਵਰਸਦੇ ਹੈ? ਜਿਵੇਂ ਧਰਤੀ ਉੱਪਰ ਬੱਦਲ ਵਰਸਦਾ ਪਰ ਧਰਤੀ ਵਿੱਚ ਵੀ ਪਾਣੀ ਹੈ। ਹਾਂਜੀ, ਜੈਸੇ ਧਰਤੀ ਮਦੇ ਪਾਣੀ ਪਰਗਾਸਿਆ, ਬਿਨ ਪਗਾ ਵਰਸਤ ਫੇਰਾਹੀ। ਜੈਸੇ ਜਿਸ ਤਰ੍ਹਾਂ ਧਰਤੀ ਮਦੇ ਧਰਤੀ ਵਿੱਚ ਪਾਣੀ ਪ੍ਰਗਾਸਿਆ, ਪਾਣੀ ਪ੍ਰਗਾਸਿਆ ਕਹੀਏ ਪ੍ਰਕਾਸ਼ ਹੈ, ਪ੍ਰਗਟ ਹੈ, ਪ੍ਰਤੱਖ ਹੈ, ਧਰਤੀ ਵਿੱਚ ਜਲ ਹੈ, ਧਰਤੀ ਹੇਠ ਵਸੰਦਾ ਪਾਣੀ ਜਲ ਹੈ। ਹਾਂਜੀ, ਬਿਨ ਪਗਾ ਵਰਸਤ ਫੇਰਾਹੀ, ਪਰ ਬਿਨ ਪਗਾ ਵਰਸਤ ਫਰਾਹੀ, ਬਿਨਾਂ ਪੈਰਾਂ ਤੋਂ ਬੱਦਲ ਹੈ ਜੋ ਉਹ ਆਪਣੇ ਵਿੱਚ ਜਲ ਭਰ ਭਰ ਕੇ ਵਰਸਦੇ ਫਿਰਦੇ ਹੈ, ਆਕਾਸ਼ ਰਾਹੀਂ ਉਹ ਬੱਦਲ ਵਰਖਾ ਕਰਦੇ ਫਿਰਦੇ ਆ, ਬਿਨਾਂ ਪੈਰਾਂ ਤੋਂ ਹੀ। ਤੂੰ ਐਸੇ ਕਰਮ ਚੁਕਾਏ, ਬਸ ਇਹੀ ਸਮਝ ਲਓ ਪੰਡਿਤ ਜੀ, ਜਿਵੇਂ ਧਰਤੀ ਵਿੱਚ ਪਾਣੀ ਤਾਂ ਹੈ ਪਰ ਬੱਦਲ ਦੀ ਵਰਖਾ ਜੋ ਹੈ ਉਹਦੇ ਬਿਨਾਂ ਰੰਗ ਭਾਗ ਨਹੀਂ ਲੱਗਦੇ, ਉਹਦੇ ਬਿਨਾਂ ਰੰਗ ਭਾਗ ਨਹੀਂ ਲੱਗਦਾ। ਮੀਂਹ ਪਾਇਆ, ਪਰਮੇਸ਼ੁਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਸਭ ਨੂੰ ਸੁਖੀ ਕਰਨ ਵਾਸਤੇ ਮੀਂਹ ਵਰਸਦਾ, ਪਰ ਧਰਤੀ ਵਿੱਚ ਵੀ ਪਾਣੀ ਹੈ। ਇਸੇ ਤਰ੍ਹਾਂ ਹੀ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਜਿਵੇਂ ਧਰਤੀ ਵਿੱਚ ਪਾਣੀ ਹੈ ਪਰ ਬੱਦਲ ਬਿਨਾਂ ਪੈਰਾਂ ਤੋਂ ਵਰਖਾ ਕਰਦਾ ਫਿਰਦਾ ਹੈ, ਧਰਤੀ ਵਿੱਚ ਵੀ ਪਾਣੀ ਹੈ, ਵੇਦ ਬਾਣੀ ਵੀ ਭਾਈ ਸਿਮਰਤੀਆਂ ਸ਼ਾਸਤਰ ਹੈ, ਪਰ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਰਹਿਮਤਾਂ ਦਾ ਜਲ, ਜਿਵੇਂ ਬੱਦਲਾਂ ਦਾ ਜਲ ਵਰਸਦਾ, ਇਵੇਂ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸਰੂਪ ਹੋ ਕੇ ਆਪਣੀਆਂ ਮਿਹਰਾਮਤਾਂ ਦਾ ਜਲ ਵਰਸਾਇਆ, ਭਾਵੇਂ ਸੀ ਵੇਦ ਸੀ ਸਿਮਰਤੀਆਂ ਸ਼ਾਸਤਰ, ਪਰ ਇਹ ਗੁਰੂ ਨਾਨਕ ਦੀ ਰਹਿਮਤ ਦੀ ਵਰਖਾ ਹੋਈ ਹੈ। ਅੰਮ੍ਰਿਤ ਪਾਵਨ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮੰਨੇ, ਪਰ ਤਖ ਗੁਰੂ ਨਿਸਤਾਰੇ। ਇਹ ਵਾਹਿਗੁਰੂ ਦੀ ਰਹਿਮਤ ਗੁਰੂ ਨਾਨਕ ਸਰੂਪ ਰਾਹੀਂ ਵਰਤੀ ਹੈ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਜੋ ਕਿਛ ਕਰਦਾ ਉਹ ਸੋਈ ਕੋਈ ਹੈ ਰੇ, ਉਹ ਕੋਈ ਹੈ। ਤਸੇ ਜਾਇ ਸਮਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਜੋ ਕੋਈ ਕਰਦਾ ਉਹ ਉਹੋ ਜਿਹਾ ਕੋਈ ਹੈ, ਉਹੋ ਜਿਹੇ ਕਰਮਾਂ ਵਿੱਚ ਜਾ ਕੇ ਉਹੋ ਜਿਹੀ ਭਾਵਨਾ, ਕਿਉਂਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਿਹੋ ਜਿਹੀ ਦ੍ਰਿਸ਼ਟੀ ਸਾਡੀ ਅੰਦਰ ਦੀ ਹੈ ਉਹੋ ਜਿਹੀ ਸਾਨੂੰ ਸ੍ਰਿਸ਼ਟੀ ਦਿਸੂ। ਚੋਰ ਨੂੰ ਸਾਰੇ ਚੋਰ ਦਿਸਣਗੇ, ਸਾਧ ਨੂੰ ਸਾਰੇ ਸਾਧ ਦਿਸਣਗੇ, ਇਸ ਵਾਸਤੇ ਸ੍ਰਿਸ਼ਟੀ ਦ੍ਰਿਸ਼ਟੀ ਦੀ ਹੈ। ਤਾਂ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਹੈ, ਉਹ ਉਹੋ ਜਿਹੇ ਥਾਂ 'ਤੇ ਜਾ ਕੇ ਸਮਾਉਂਦਾ ਹੈ ਭਾਈ, ਬਸਰਾਮ ਅਸਥਾਈ ਬਖਸ਼ਿਸ਼ ਕੀਤੀ ਹੈ। ਇਸਤਰੀ ਪੁਰਖ ਹੋਏ ਕਾ ਕਿਆ ਹੋਏ ਕਰਮ ਕਮਾ, ਵਾਹਿਗੁਰੂ ਦੀ ਰਚਨਾ ਹੈ ਇਸਤਰੀ ਅਤੇ ਪੁਰਖ, ਇਹ ਵੀ ਰਚਨਾ ਵਾਹਿਗੁਰੂ ਦੀ ਹੀ ਹੈ, ਵੇਦ ਬਾਣੀ ਵੀ ਰਚਨਾ ਹੈ, ਗੁਰਬਾਣੀ ਵੀ ਰਚਨਾ ਹੈ, ਇਸ ਤਰ੍ਹਾਂ ਆ ਸੰਸਾਰ ਦੀ ਜਿੰਨੀ ਰਚਨਾ ਅਦਭੁਤ ਵਾਹਿਗੁਰੂ ਦੀ ਰਚਨਾ ਹੈ, ਪਰ ਇਸਤਰੀ ਵੀ ਵਾਹਿਗੁਰੂ ਦੀ ਰਚਨਾ, ਪੁਰਖ ਵੀ ਵਾਹਿਗੁਰੂ ਦੀ ਰਚਨਾ ਹੈ, ਇਹ ਰਚਨਾ ਤਾਂ ਸਾਰੀ ਵਾਹਿਗੁਰੂ ਦੀ ਹੈ ਪਿਆ, ਪਰ ਕਿਆ ਇਹ ਕਰਮ ਕਮਾਹੀ, ਕਰਮ ਤਾਂ ਆਪੋ ਆਪਣਾ, ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ, ਕਰਮ ਤਾਂ ਆਪੋ ਆਪਣਾ, ਕੀ ਕਰਮ ਕਰਦੀ ਹੈ ਇਸਤਰੀ, ਕੀ ਕਰਮ ਕਰਦਾ ਮਰਦ,
ਕਿਹੜੇ ਕਰਮ ਹੈ? ਉਹ ਆਪੋ ਆਪਣੇ ਕਰਮ ਹੈ ਭਾਈ। ਇਸਤਰੀ ਦੇ ਕਰਮ ਆਪਣੇ ਹੈ, ਮਨੁੱਖ ਦੇ ਕਰਮ ਆਪਣੇ ਹੈ। ਨਾਨਾ ਰੂਪ ਸਦਾ ਹੈ, ਹੇ ਵਾਹਿਗੁਰੂ, ਆ ਨਾਨਾ ਵਤ ਸੰਸਾਰ ਜਿੰਨਾ ਦਿਸਦਾ, ਇਹ ਸਦੈਵ ਤੇਰਾ ਹੀ ਰੂਪ ਹੈ, ਤੂੰ ਹੀ ਹੈ। ਅੰਤ ਨੂੰ ਤੇਰੇ ਵਿੱਚ ਹੀ ਭੇਦ ਹੋ ਜਾਂਦੇ। ਜਬ ਆਕਰਖ ਕਰਤ 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 ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਉਦੋਂ ਸਾਰੇ ਤੇਰੇ ਵਿੱਚ ਭੇਦ ਹੋ ਜਾਂਦੇ ਹੈ। ਜਿਤਨੇ ਜਨਮ ਭੁੱਲ ਪਰੇ ਸੇ ਜਾ ਪਾਇਆ ਤਾ ਭੁੱਲੇ ਨਾਹੀ। ਇਤਨੇ ਜਨਮ ਭੁੱਲ ਪਰੇ ਸੇ, ਇੰਨੇ ਜਨਮਾਂ ਤੋਂ ਬਹੁਤ ਜਨਮ ਵਿਛੜੇ ਥੇ ਮਾਧੋ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਇੰਨੇ ਜਨਮਾਂ ਤੋਂ ਭੂਲ ਪਰੇ ਸੇ, ਭੁੱਲੇ ਪਏ ਸੀ, ਜਾਂ ਪਾਇਆ ਤਾਂ ਭੁੱਲੇ ਨਾਹੀਂ। ਜਦੋਂ ਉਹ ਸੱਚ ਨੂੰ ਪਾ ਲਿਆ, ਫਿਰ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਪ੍ਰਾਪਤੀ ਵਾਲਾ ਨਹੀਂ ਭੁੱਲਦਾ। ਕਹਿੰਦੇ ਭੁੱਲਿਆ ਸ਼ਾਮ ਨੂੰ ਘਰੇ ਆ ਜੇ, ਭੁੱਲਿਆ ਨਹੀਂ, ਭੁੱਲਿਆ ਭੜਕੇ ਹੋਏ ਇੰਨੇ ਜਨਮਾਂ ਤੋਂ ਸੀ, ਜਦੋਂ ਪ੍ਰਾਪਤੀ ਹੋ ਗਈ ਫੇਰ ਕਾਹਦੇ ਭੁੱਲੇ ਭਾਈ। ਹਾਂ ਭਾਈ, ਜੇ ਗੁਰ ਕੈ ਸ਼ਬਦ ਸਮਾਹੀ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ। ਜਿਹੜਾ ਗੁਰੂ ਦੇ ਸ਼ਬਦ ਵਿੱਚ ਸਮਾਹੀ ਸਮਾ ਜਾਂਦਾ, ਗੁਰੂ ਦੇ ਸ਼ਬਦ ਵਿੱਚ ਅਭੇਦ ਹੋ ਜਾਂਦਾ, ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ, ਜਿਹਦਾ ਆਚਾਰ ਵਿਵਹਾਰ ਕਰਨੀ ਕਰਦਾਰ ਗੁਰ ਸ਼ਬਦ ਨਾਲ। ਪਾਤਸ਼ਾਹ ਕਹਿੰਦੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜਿਹਨਾਂ ਦਾ ਜੀਵਨ ਗੁਰਬਾਣੀ ਵਰਗਾ ਬਣ ਜਾਂਦਾ, ਜਿਹਨਾਂ ਦਾ ਆਚਾਰ ਵਿਹਾਰ ਵਿੱਚੋਂ ਗੁਰਬਾਣੀ ਦੇ ਅਰਥ ਹੁੰਦੇ ਹੈ, ਜੈਸਾ ਕਿ ਮਹਾਰਾਜ ਦੀ ਪਾਤਸ਼ਾਹ ਜੀ ਦੀ ਬਾਣੀ। ਪਾਤਸ਼ਾਹ ਜੀ ਫਰਮਾਨ ਕਰਦੇ ਹੈ ਕਿ ਭਾਈ, ਜੀਓ ਤਾਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਬਾਹਰੋਂ ਕਿਉਂ ਨਿਰਮਲ ਹੈ ਉਹ? ਕਿਉਂਕਿ ਜੀਓ ਨਿਰਮਲ ਹੈ ਉਹ। ਜੀਓ ਕਿਉਂ ਨਿਰਮਲ ਹੈ ਉਹ? ਸਤਿਗੁਰ ਤੇ ਕਰਨੀ ਕਮਾਣੀ, ਉਹਨਾਂ ਦੀ ਜਿਹੜੀ ਕਰਨੀ ਹੈ ਨਾ, ਉਹਨਾਂ ਦੀ ਕਰਨੀ ਦੀ ਜਿਹੜੀ ਕਮਾਈ ਹੈ ਉਹ ਸਤਿਗੁਰ ਤੇ ਹੈ, ਉਹ ਸਤਿਗੁਰਾਂ ਤੋਂ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਉਹ ਗੁਰੂ ਦੀ ਕਹੀ ਕਾਰ ਕਮਾਉਂਦੇ ਹੈ, ਜੋ ਗੁਰੂ ਦਾ ਹੁਕਮ ਹੈ ਗੁਰਸਿੱਖ ਮੀਤ ਚੱਲੋ, ਗੁਰ ਚਾਲੀ ਆ ਮਰਿਆਦਾ ਕਮਾਉਂਦੇ ਹੈ। ਜਿਸ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਕਿ ਭਾਈ, ਜਾਂ ਗੁਰ ਕਾ ਸ਼ਬਦ ਸਮਾਹੀ, ਜਿਹੜਾ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦਾ, ਸਮਾਏ ਦੀ ਨਿਸ਼ਾਨੀ ਉਹਦਾ ਆਚਾਰ ਵਿਵਹਾਰ ਗੁਰਬਾਣੀ ਵਰਗਾ ਹੁੰਦਾ, ਉਹਦੇ ਜੀਵਨ ਦੇ ਵਿੱਚੋਂ ਗੁਰਬਾਣੀ ਦਾ ਭਾਵ ਫੁੱਟ ਫੁੱਟ ਕੇ ਪ੍ਰਗਟ ਹੁੰਦਾ। ਫੁੱਟ ਫੁੱਟ ਕੇ ਪ੍ਰਗਟ ਹੋਣਾ ਕੀ? ਸੁਣੋ ਸਤ ਬਾਣੀ, ਸਤ ਬਾਣੀ ਤੋਂ ਬਿਨਾਂ ਦੂਜੀ ਬਾਣੀ ਉਹਨਾਂ ਨੂੰ ਦੁੱਖ ਦਿੰਦੀ ਹੈ। ਇਹ ਕੀ ਹੈ? ਇਹ ਸਤ ਬਾਣੀ ਦਾ ਭਾਵ ਫੁੱਟ ਫੁੱਟ ਕੇ ਪ੍ਰਗਟ ਹੁੰਦਾ ਉਹਨਾਂ ਵਿੱਚੋਂ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋਤ ਧਰੀ, ਪਰਤਰਿਆ ਰੂਪ ਨਾ ਪੇਖੈ ਨੇਤਰ। ਜਿਸ ਕਰਕੇ ਇਹ ਭਾਵ ਉਹਨਾਂ ਦੇ ਵਿੱਚੋਂ ਪ੍ਰਗਟ ਹੁੰਦਾ ਫੁੱਟ ਫੁੱਟ ਕੇ, ਕਿਉਂਕਿ ਉਹਨਾਂ ਨੇ ਉਹ ਗੁਰਬਾਣੀ ਮੁਤਾਬਕ ਆਪਣੇ ਜੀਵਨ ਨੂੰ ਜ਼ਰੀਆ ਉਹੋ ਜਿਹਾ ਢਾਲ ਲਿਆ, ਉਸਾ ਬਣਾ ਲਿਆ। ਇਹ ਗੁਰਬਾਣੀ ਪ੍ਰਗਟ ਹੁੰਦੀ ਹੈ ਉਹਨਾਂ ਦੇ ਜੀਵਨ 'ਚੋਂ ਪ੍ਰਗਟ ਹੁੰਦੀ ਹੈ। ਇਸ ਵਾਸਤੇ ਉਠਤ ਬੈਠਤ ਸੋਭਤ ਨਾਮ, ਉੱਠਣ ਲੱਗੇ ਉਹ ਜ਼ੋਰ ਜਿਹਾ ਲਾ ਕੇ ਹੂੰ ਨਹੀਂ ਆਖਦੇ, ਉਦੋਂ ਉਹਨਾਂ ਦੇ ਮੁੱਖ 'ਚੋਂ ਵਾਹਿਗੁਰੂ ਨਿਕਲਦਾ। ਉਠਤ ਬੈਠਤ ਬੈਠਣ ਲੱਗਿਆਂ ਦੇ ਮੁੱਖ 'ਚੋਂ ਵਾਹਿਗੁਰੂ ਨਿਕਲਦਾ। ਕੀ ਹੋਇਆ? ਇਹ ਗੁਰਬਾਣੀ 'ਚ ਸਮਾਇਆ ਦੀ ਨਿਸ਼ਾਨੀ ਹੈ, ਉਹਨਾਂ 'ਚੋਂ ਗੁਰਬਾਣੀ ਪ੍ਰਗਟ ਹੁੰਦੀ ਹੈ ਭਾਈ, ਉਹਨਾਂ ਦਾ ਜੀਵਨ ਐਸਾ ਹੈ। ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਹੈ, ਹਾਂਜੀ, ਗੁਰ ਕਾ ਸ਼ਬਦ ਸਮਾਹੀ, ਜੇ ਗੁਰ ਕਾ ਜਿਹੜਾ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦਾ ਹੈ, ਜਾ ਕਾ ਕਾਰਜ ਸੋਈ ਪਰ ਜਾਣੇ, ਜਿਸ ਵਾਹਿਗੁਰੂ ਦਾ ਕਾਰਜ ਕੀਤਾ ਸੰਸਾਰ ਸੋਈ ਪਰ ਜਾਣਾ, ਉਹੀ ਪਰ ਚੰਗੀ ਤਰ੍ਹਾਂ ਜਾਣਦਾ ਇਹ ਆਪਣੀ ਕੀਤੀ ਰਚਨਾ ਨੂੰ, ਇਹ ਕੌਣ ਜਾਣਦਾ? ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਆ ਪੰਡਿਤ ਜੀ, ਐ ਸੰਨਿਆਸੀ ਜੀ, ਜਿਹੜਾ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਵਿੱਚ ਭੇਦ ਹੋ ਜਾਂਦਾ, ਜਿਹਨੂੰ ਗੁਰੂ ਕਲਗੀਧਰ ਪਿਤਾ ਜੀ ਕਹਿਣ ਲੱਗੇ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ, ਸ਼ਬਦ ਮੈਂ ਲੇਹੇ, ਸ਼ਬਦ ਖੋਜ ਲਿਓ ਸ਼ਬਦ। ਇਸ ਵਾਸਤੇ ਗਰੀਬ ਨਿਵਾਜ ਫਰਮਾਨ ਕਰਦੇ ਹੈ
तेरा शब्द तू है आपे परम कहाई। दोबारे पढ़ो। तेरा शब्द तू है आपे परम कहाई। तेरा शब्द तू है हे वाहिगुरु, तेरा शब्द तू है ये तू ही है बाणी, गुरु गुरु है बाणी। इस वास्ते आपे परम चुकाही, ये अपने शब्द द्वारा अपनी अमृत गुरबाणी राही, क्योंकि गुरबाणी स्वरूप है गुरुआं दा, ये ऐसे अमृत शब्द गुरबाणी राही आप ही अंदरला भरम निर्विरत कर दिंदे हो, आप ही अंदरले पर्दे नाश कर दिंदे हो। नानक तत तत सिओ मिलिया पुनर्प जन्म ना। सतगुरु जी कहन लगे पंडित जी सन्यासी जी, जेड़ा गुरु नानक पातशाह जी दे शब्द नाल जुड़दा है, अमृत गुरबाणी नाल जुड़दा है, ओ तत तत सिओ मिलिया, ये गुरबाणी च सत है, ये गुरबाणी च ताकत है, ये गुरबाणी दी शक्ति है। कि तत तत सिओ मिलिया, ओदे तत तत ना मिल जाते है, हवा तत हवा ना शुद्ध होके मिल जाता है, पानी तत पानी दे विच भेद हो जाता है, अग तत अग दे विच जा समाउंदी है, तत तत ना मिल जाते, आत्म तत वाहिगुरु दे नाल अभेद हो जाता है, आत्म तत्व वाहिगुरु हो जाता है, इस तरह तत तत् स्यो मिलिया, तत तत्तां नाल जा मिलते है। नानक लीन भयो गोबिंद स्यों, ज्यों पानी संग पानी दी मर्यादा, पुनर्प जन्म ना आही। ओ मनुख, पुनर्प पुनर्प दा अर्थ है मुड़ के फिर दोबारा, जन्म ना आही जन्मां च नहीं आउंदे, ओ मनुख मुड़ के जमदे मरदे नहीं। महाराज कहिंदे सतगुरु अमरदास पातशाह जी, पंडित जी जिहड़े गुरु नानक दी बाणी नाल जुड़दे ऐ, जिहड़े अमृत गुरबाणी विचारदे ऐ, अमृत गुरबाणी पढ़दे ऐ, ओह मुड़ के जन्मां च नहीं आउंदे, ये बाणी जन्म मरन कटदी ऐ। पंडित जी सन्यासी जी सतगुरु जी कहन लगे चार वेदा ते 18 पुराणा दा जिहड़ा उपदेश है जी, प्राप्त किस देश, किस हूं को प्राप्त किस देश, एक किसे नू ही प्राप्त हुंदा है, वह भी किसे देश कंसी विच, अते गया कुरुक्षेत्र वगैरह जिहड़े जिथे कोई पंडित लोग रहिंदे सन, गंगा हरिद्वार ऋषिकेश ਉਹਨਾਂ ਥਾਵਾਂ 'ਤੇ ਜਿੱਥੇ ਕੋਈ ਵਿਦਵਾਨ ਰਹਿੰਦੇ ਆ, ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਥਾਵਾਂ ਦੇ ਵਿੱਚ ਉਹ ਕਿਸੇ ਕਿਸੇ ਨੂੰ ਹੀ ਪ੍ਰਾਪਤ ਹੈ। ਹਾਂਜੀ ਮਾਨੀ ਕੀ ਹੋਵਾ ਜਾਤ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾਂ ਤਾਂ ਭਾਈ ਪਹਿਲੀ ਗੱਲ ਤਾਂ ਇਹ ਕਿਸੇ ਕਿਸੇ ਦੇਸ਼ ਵਿੱਚ ਹੈ, ਦੂਜੀ ਗੱਲ ਪਹਿਲਾਂ ਨੀਕੀ ਚੰਗੀ ਜਾਤ ਚਾਹੀਦੀ ਹੈ, ਬ੍ਰਾਹਮਣ ਚਾਹੀਦਾ ਇਹਨੂੰ ਪੜ੍ਹਨ ਵਾਲਾ ਵਿਚਾਰਨ ਵਾਲਾ, ਖੱਤਰੀ ਚਾਹੀਦਾ ਇਹਨੂੰ ਸੁਣਨ ਸਰਵਣ ਕਰਨ ਵਾਲਾ, ਉਦੋਂ ਗਾਹਾਂ ਜੋ ਵੈਸ ਤੇ ਅਗਾਂਹ ਆ ਗਏ ਭਾਈ ਸੂਦਰ, ਉਹਨਾਂ ਦਾ ਤਾਂ ਹੱਕ ਹੀ ਨਹੀਂ ਨਾ, ਉਹ ਤਾਂ ਇਹ ਮਨੂ ਸਿਮਰਤੀ ਦਾ ਵਚਨ ਹੈ, ਜੇ ਸੂਦਰ ਕਦੇ ਭੁੱਲ ਭੁਲੇਖੇ ਬ੍ਰਾਹਮਣ ਕਥਾ ਵਿਚਾਰ ਕਰੀ ਜਾਂਦਾ, ਉਹ ਨੇੜ ਦੀ ਲੰਘ ਗਿਆ, ਉਸਨੇ ਸੁਣ ਲਈ ਹੈ ਕਥਾ ਵੇਦ ਦੀ, ਕੀ ਕਰੋ ਉਹਦੇ ਕੰਨ ਵਿੱਚ ਸਿੱਕਾ ਢਾਲ ਦਿਓ, ਉਹਨੂੰ ਸਜ਼ਾ ਦਿਓ, ਤਾਂ ਕਿ ਉਹ ਮੁੜ ਕੇ ਉਹ ਕਥਾ ਸੁਣਨ ਯੋਗਾ ਨਾ ਰਹੇ। ਇਹ ਸਿਮਰਤੀਆਂ ਆਖਦੀਆਂ ਇਸੇ ਵਾਸਤੇ ਭਗਤ ਕਬੀਰ ਜੀ ਕਹਿੰਦੇ ਜੇ ਸਿਮਰ, ਗੁਰੂ ਕਲੰਗੀਧਰ ਪਿਤਾ ਜੀ ਕਹਿਣ ਲੱਗੇ ਜੇ ਸਿਮਰਤਨ ਕੇ ਭਏ ਅਨੁਰਾਗੀ, ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ। ਇਸੇ ਵਾਸਤੇ ਭਗਤ ਕਬੀਰ ਜੀ ਕਹਿੰਦੇ ਵੇਦ ਕੀ ਪੁੱਤਰੀ ਜੋ ਹੈ ਭਾਈ, ਸ਼ੰਕਰ ਜੇਵਰੀ ਲੈ ਹੈ ਆਈ। ਵੇਦ ਦੀ ਪੁੱਤਰੀ ਸਿਮਰਤੀਆਂ ਇਹ ਭਾਈ ਸੰਗਲ ਲੈ ਕੇ ਆਏ ਆ, ਜੇਵੜੀਆਂ ਲੈ ਕੇ ਆਏ, ਹੱਥ ਕੜੀਆਂ। ਜਿਹੜਾ ਮਨੁੱਖ ਇਹਨਾਂ ਦੇ ਵਿੱਚ ਉਲਝ ਗਿਆ ਨਾ, ਮਹਾਰਾਜ ਕਹਿੰਦੇ ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ, ਉਹਦਾ ਬ੍ਰਹਮ ਦੀ ਕਿਰਿਆ ਹੀ ਛੱਡ ਜੂ, ਉਹਦੀ ਕਿਰਿਆ ਹੀ ਫਿਰ ਇੱਧਰਲੀ ਹੋ ਜਾਵੇਗੀ। ਜਿਸ ਤੋਂ ਗੁਰੂ ਮਤ ਨੇ ਵਿਵਰਜਿਤ ਕੀਤਾ ਕਿ ਬਚੋ ਭਾਈ ਗੁਰਮੁਖੋ ਪ੍ਰੇਮੀਓ। ਹਾਂਜੀ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਭਾਈ ਚੰਗੀ ਜਾਤ ਚਾਹੀਦੀ ਹੈ, ਚੰਗੀ ਜਾਤ, ਫਿਰ ਪੁਨ ਤਿਸ ਤੇ ਤੀਜੇ ਨੰਬਰ 'ਤੇ ਪਹਿਲੀ ਗੱਲ ਤਾਂ ਇਹ ਕਿਸੇ ਦੇਸ਼ ਵਿੱਚ ਹੈ, ਦੂਜੀ ਗੱਲ ਚੰਗੀ ਜਾਤ ਕੋਲ ਹੈ, ਤੀਸਰੇ ਨੰਬਰ 'ਤੇ ਮਹਾਰਾਜ ਕਹਿੰਦੇ ਭਾਈ ਉਹ ਜਾਤ ਵਿੱਚ ਵੀ
ਚੰਗੀ ਮੱਤ ਚਾਹੀਦੀ ਹੈ, ਤੀਸ਼ਣ ਬੁੱਧੀ ਚਾਹੀਦੀ ਹੈ। ਤੀਸ਼ਣ ਚੰਗੀ ਬੁੱਧੀ ਤੋਂ ਬਿਨਾਂ ਇਹ ਵੇਦ ਬਾਣੀ ਦੀ ਸਮਝ ਨਹੀਂ ਆਉਂਦੀ। ਬੋਰ ਅਭਿਆਸ ਕਮਾਵ ਹੈ ਕਨੋ, ਬੋਰੋ ਫਿਰ ਇਸ ਵੇਦ ਵਿਦਿਆ ਦਾ ਘਣੋ ਅਭਿਆਸ ਕਮਾਵ ਹੈ, ਬਹੁਤ ਜ਼ਿਆਦਾ ਅਭਿਆਸ ਕਮਾਉਣਾ ਪੈਂਦਾ, ਅੱਧਾ ਜੀਵਨ ਲੰਘ ਜਾਂਦਾ ਵੇਦ ਬਾਣੀ ਪੜ੍ਹਦਿਆਂ ਪੜ੍ਹਦਿਆਂ। ਦੁਰ ਦੁਰ ਬੈਠਤਾ ਕਬਹੂ ਪਨੋ, ਕੌਣ ਭਾਈ ਵੇਦ ਬਾਣੀ ਪੜ੍ਹ ਸਕਦਾ ਹੈ, ਦੁਰ ਦੁਰ ਲੁਕ ਲੁਕ ਕੇ ਬੈਠੇ, ਛਿਪ ਛਿਪ ਕੇ ਬੈਠੇ ਕਿ ਇੰਨਾ ਟਾਈਮ ਮੈਂ ਰਟਨ ਕਰਨਾ ਪੜ੍ਹਨੀ ਹੈ ਇਹ ਬਾਣੀ, ਅਰ ਕਦੇ ਫਿਰ ਪ੍ਰਗਟ ਹੋ ਕੇ ਉਹ ਭਾਈ ਬੋਲਣੀ ਸੁਣਾਉਣੀ। ਤੇ ਫਿਰ ਮਹਾਰਾਜ ਕਹਿੰਦੇ ਭਾਈ ਪੰਜਵੇਂ ਨੰਬਰ ਤੇ ਗੱਲ ਹੈ ਵੀ ਮੁਕਤੀ ਕਿਹਨੂੰ ਮਿਲੂਗੀ, ਜਿਹੜਾ ਪਰਲੋਕ ਦਾ ਪ੍ਰੇਮ ਕਰੇਗਾ, ਜਿਹਦੇ ਅੰਦਰ ਭਾਵਨਾ ਹੋਵੇਗੀ ਵੀ ਪਰਲੋਕ ਦੇ ਵਿੱਚ ਵੀ ਜਾਈਏ। ਹੁਣ ਅਸੀਂ ਕਥਾ ਕੀਰਤਨ ਕਰਦੇ ਹਾਂ ਵੀ ਕੋਈ ਜਦੋਂ ਸਿੱਖਣ ਆਏ ਹੈ, ਕੋਈ ਸਭ ਦੀ ਭਾਵਨਾ ਸਾਡੀ ਇਹ ਥੋੜ੍ਹੀ ਵੀ ਅਸੀਂ ਮੁਕਤੀ ਹੋਣ ਵਾਸਤੇ ਆਏ ਹੈ, ਭਾਵਨਾ ਇਹ ਨਹੀਂ ਸਭ ਦੀ ਭਾਵਨਾ ਵੀ ਅਸੀਂ ਮੁਕਤ ਹੋਣ ਵਾਸਤੇ ਆਏ ਹੈ, ਕਈਆਂ ਦੀ ਭਾਵਨਾ ਤਾਂ ਭਾਈ ਢਿੱਡ ਵੀ ਹੈ ਸਾਡੀ। ਇਹ ਵੀ ਹੈ ਵੀ ਗੁਰੂ ਘਰ ਦੀ ਕੋਈ ਵਿੱਦਿਆ ਲੈ ਲਈਏ, ਕਥਾ ਕੀਰਤਨ ਸਿੱਖ ਲਈਏ ਤਾਂ ਕਿ ਸਾਡਾ ਜੀਵਨ ਸੌਖਾ ਹੋ ਜਾਵੇ, ਇਹ ਵੀ ਗੱਲ ਹੈ। ਕੋਈ ਇਹ ਨਿਰਾਪੁਰਾ ਤਾਂ ਨਹੀਂ ਵੀ ਇਕੱਲੀ ਇਹੀ ਭਾਵਨਾ ਲੈ ਕੇ ਵੀ ਮੁਕਤੀ ਹੋਣਾ, ਉਹ ਤਾਂ ਜੱਗ ਮਹਿ ਉੱਤਮ ਕਾਢੀ ਇਹ ਵਿਰਲੇ ਕੇਈ ਕੇ ਹੈ, ਉਹ ਤਾਂ ਕੋਈ ਹੈ ਭਾਈ ਗੁਰਮੁਖ ਜਿਹਦੀ ਭਾਵਨਾ ਐਸੀ ਬਣੀ ਹੈ ਕਿ ਇਹ ਦਰ ਦਾ ਜਸ ਕਿਉਂ ਕਰਨਾ ਕਿ ਮੇਰਾ ਜੀਵਨ ਸਫਲ ਹੋ ਜਾਵੇ। ਇਸ ਵਾਸਤੇ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਫਿਰ ਇਹ ਵੇਦ ਬਾਣੀ ਸਿੱਖਣ ਵਿਚਾਰਨ ਵਾਲਾ ਉਹ ਕੋਈ ਹੈ ਅੱਗੇ ਜਾ ਕੇ ਜਿਹਦੀ ਭਾਵਨਾ ਹੋਵੇਗੀ ਮੈਨੂੰ ਪ੍ਰਲੋਕ ਮਿਲ ਜਾਵੇ, ਮੈਂ ਮੁਕਤ ਹੋ ਜਾਵਾਂ। ਪਾਤਸ਼ਾਹ ਜੀ ਕਹਿਣ ਲੱਗੇ ਇਹ ਪੰਡਿਤ ਜੀ ਸੰਨਿਆਸੀ ਜੀ ਕਰੋੜਾਂ ਮਦੇ ਵਿੱਚੋਂ ਕਰੋੜਾਂ ਵਿੱਚੋਂ ਕੋ ਨਰ ਕੋਈ ਮਨੁੱਖ ਹੈ, ਕਰੋੜਾਂ ਵਿੱਚੋਂ ਕੋਈ ਮਨੁੱਖ ਫਿਰ ਜਿਹੜਾ ਨਿੱਤਰਦਾ ਅੱਗੇ ਜਾ ਕੇ ਉਹ ਕਰੋੜਾਂ ਚੋਂ ਕੋਈ ਨਿੱਤਰਦਾ। ਪਾਤਸ਼ਾਹ ਜੀ ਕਹਿਣ ਲੱਗੇ ਜਿਸ ਤਰ੍ਹਾਂ ਖੂਹ ਦਾ ਪਾਣੀ ਹੈ ਨਾ, ਜਿਵੇਂ ਖੂਹ ਦਾ ਪਾਣੀ ਪਹਿਚਾਣ ਲਓ ਜਾਣ ਲਓ, ਖੂਹ ਦੇ ਪਾਣੀ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਜਦੋਂ ਮਹਾਨ ਕਹੀਏ ਬਹੁਤੀ ਘਾਲਣਾ ਘਾਲਦਾ ਖੂਹ ਦੇ ਪਾਣੀ ਨੂੰ, ਟਿੰਡਾਂ ਆਦਿਕ ਜਾਂ ਹੋਰ ਤਰੀਕੇ ਦੇ ਨਾਲ ਕਿਸੇ ਦਾ ਖੂਹ ਲੱਗਿਆ ਫਿਰ ਉਹ ਘਾਲਣਾ ਘਾਲ ਕੇ ਹਰਟ ਆਦਿਕ ਜੋੜ ਕੇ ਫਿਰ ਕਦੇ ਪਾਣੀ ਕੱਢਦਾ ਖੂਹ ਵਿੱਚੋਂ, ਫਿਰ ਨਿੱਜ ਹਿੱਤ ਆਪਣੇ ਵਾਸਤੇ ਕੁਛ ਕਿੱਲੇ ਦੋ ਕਿੱਲਿਆਂ ਦੀ ਖੇਤੀ ਉਹ ਕਰ ਲੈਂਦਾ। ਜੇ ਨਿਤ ਪਾਲਣ ਸੋ ਕਰ ਹੇਤ, ਉਹ ਵੀ ਕੌਣ ਜਿਹੜਾ ਨਿਤ ਹੇਤ ਪ੍ਰੇਮ ਰੱਖਦਾ ਵੀ ਮੈਂ ਆਪਣੀ ਖੇਤੀ ਪਾਲਣੀ ਹੈ, ਇਹਨੂੰ ਸੁੱਕਣ ਨਹੀਂ ਦੇਣਾ, ਜਿੱਦੇ ਤੋਂ ਰੌਣੀ ਕਰ ਦਿੱਤੀ ਕਹਿਣ ਤੋਂ ਭਾਵ ਜਿੱਦੇ ਤੋਂ ਰਮਾ ਦਿੱਤੀ ਉਹਦੇ ਤੋਂ ਉਹਦੇ ਵੱਲ ਧਿਆਨ ਦੇ ਦਿੱਤਾ ਉਸੇ ਕੰਮ ਲਈ ਤਤਪਰ ਹੋ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਭਾਈ ਉਹ ਥੋੜ੍ਹੀ ਬਹੁਤੀ ਖੇਤੀ ਆਪਦੀ ਪਾਲ ਲੈਂਦਾ ਹੈ। ਸ੍ਰੀ ਸਤਿਗੁਰ ਕੋ ਸ਼ਬਦ ਸੁਖਾਰੋ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਐ ਬ੍ਰਾਹਮਣ ਜੀ ਜਿਹੜੀ ਵੇਦ ਬਾਣੀ ਹੈ ਇਹ ਭਾਈ ਸਮਝੋ ਵੀ ਖੂਹ ਹੀ ਹੈ, ਪਹਿਲਾਂ ਖੂਹ ਕੋਈ ਲਾਵੇਗਾ ਹੀ ਸਰਦਾ ਪੁੱਜਦਾ, ਫਿਰ ਉਹਦੇ ਵਿੱਚੋਂ ਪਾਣੀ ਯਤਨ ਨਾਲ ਕੱਢਣਾ ਪੈਂਦਾ, ਫਿਰ ਭਾਈ ਉਹ ਯਤਨ ਨਾਲ ਕੱਢਿਆ ਪਾਣੀ ਉਹ ਉਨੀ ਕੁ ਹੀ ਰਮਾਉਂਦਾ ਜਿੰਨੀ ਕੁ ਯੋਗਾ ਉਹ ਸਮਰੱਥਾ ਰੱਖਦਾ, ਜਿੰਨੀ ਕੁ ਮਿਹਨਤ ਕਰਦਾ। ਇਹ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਵੇਦ ਬਾਣੀ ਹੈ ਤੁਹਾਡੀ, ਅਤੇ ਇੱਧਰੋਂ ਜਿਹੜੀ ਗੁਰੂ ਬਾਣੀ ਹੈ। ਮਹਾਰਾਜ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਸ੍ਰੀ ਸਤਿਗੁਰ ਕੋ ਸ਼ਬਦ ਸੁਖਾਰੋ, ਸਾਹਿਬ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਅੰਮ੍ਰਿਤ ਪਾਵਨ ਬਾਣੀ ਦੇ ਸ਼ਬਦ ਸੌਖੇ ਹੀ ਹੈ ਭਾਈ। ਫਿਰ ਦੂਜੇ ਨੰਬਰ ਤੇ ਇਹਦੇ ਤੇ ਕੋਈ ਜਾਤ ਬਰਾਦਰੀ ਦਾ ਬੰਧਨ ਨਹੀਂ ਵੀ ਫਲਾਨਾ ਫਲਾਨਾ ਪੜ੍ਹ ਸਕਦਾ ਫਲਾਨਾ ਨਹੀਂ ਪੜ੍ਹ ਸਕਦਾ। ਤਾਂ ਮਹਾਰਾਜ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਸਰਬ ਜਾਤ ਕੋ, ਸਾਰੀਆਂ ਜਾਤ ਬਰਾਦਰੀਆਂ ਦਾ ਅਧਿਕਾਰ ਕਹੀਏ ਹੱਕ ਹੈ, ਸਭ ਦਾ ਅਧਿਕਾਰ ਹੈ ਵੀ ਇਹਨੂੰ ਸਾਰੇ ਪੜ੍ਹਨ ਭਾਈ। ਖੱਤਰੀ ਪੜ੍ਹੇ, ਬ੍ਰਾਹਮਣ ਪੜ੍ਹੇ, ਸੂਦਰ ਪੜ੍ਹੇ, ਵੈਸ ਪੜ੍ਹੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਸਾਂਝਾ ਉਪਦੇਸ਼ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਇਸ ਵਾਸਤੇ ਸਾਂਝਾ ਉਪਦੇਸ਼ ਹੈ। ਤਾਂ ਹਾਂਜੀ ਸਰਬਕਾਲ ਸਗਰੇ ਦੇਸ਼, ਫਿਰ ਭਾਈ ਦੂਜੀ ਇਹਦਾ ਕੋਈ ਵਿਧੀ ਵਿਧਾਨ ਨਹੀਂ, ਸਰਬਕਾਲ ਹਰ ਟਾਈਮ ਹੈ, ਹਰ ਸਿਮਰਤ ਕੀ
ਸਗਲੀ ਵੇਲਾ ਸਾਰੇ ਟਾਈਮ ਹੈ, ਕੋਈ ਸੁੱਖ ਨਹੀਂ। ਸਭ ਅੱਧੀ ਰਾਤ ਨੂੰ ਪੜ੍ਹ ਲਏ, ਦੁਪਹਿਰੇ ਪੜ੍ਹ ਲਏ, ਅੰਮ੍ਰਿਤ ਵੇਲੇ ਪੜ੍ਹ ਲਏ, ਜਦੋਂ ਕੋਈ ਮਰਜ਼ੀ ਬਾਣੀ ਪੜ੍ਹ ਲਏ, ਕੋਈ ਵਿਧੀ ਵਿਧਾਨ ਨਹੀਂ। ਗੁਰਬਾਣੀ ਜਦੋਂ ਪੜ੍ਹੂ ਉਦੋਂ ਭਲਾ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਸਗਰੇ ਦੇਸ਼, ਸਾਰੇ ਦੇਸ਼ਾਂ ਦੇ ਵਿੱਚ ਬਾਹਰ ਬਿਹਾਰ 'ਚ ਚੱਲ ਜਾਓ, ਉੱਥੇ ਵੀ ਗੁਰੂ ਕੇ ਤਖਤਾਂ 'ਤੇ ਅੰਮ੍ਰਿਤ ਪਾਵਨ ਗੁਰਬਾਣੀ ਹਰ ਕੋਈ ਪੜ੍ਹ ਸੁਣ ਸਕਦਾ ਹੈ। ਦੱਖਣ ਚੱਲ ਜਾਓ, ਸਾਹਿਬ ਸਤਿਗੁਰੂ ਕਲਗੀ ਧਰਤ ਸਮੇਸ਼ ਪਿਤਾ ਜੀ ਦੇ ਪਾਵਨ ਤਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਅਵਚਲ ਨਗਰ ਗੋਬਿੰਦ ਗੁਰੂ ਕਾ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਹਰ ਕੋਈ ਬਾਣੀ ਪੜ੍ਹ ਸੁਣ ਵਿਚਾਰ ਸਕਦਾ। ਕੋਈ ਵਿਧੀ ਵਿਧਾਨ ਨਹੀਂ ਹੈ ਵੀ ਭਾਈ ਆਹ ਪੜ੍ਹੂਗਾ ਇਹ ਨਹੀਂ ਪੜ੍ਹੂਗਾ। ਕਿਤੇ ਵੀ ਚੱਲ ਜਾਓ ਦੁਨੀਆਂ ਦੇ, ਹੁਣ ਤਾਂ ਕਿਸੇ ਕੋਨੇ 'ਤੇ ਚੱਲ ਜਾਓ, ਬਗਦਾਦ ਦੇ ਵਿੱਚ ਵੀ ਗੁਰੂ ਨਾਨਕ ਦੇ ਝੰਡੇ ਝੂਲਦੇ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਿਸ਼ਾਨ ਝੂਲਦੇ ਹੈ, ਉੱਥੇ ਵੀ ਗੁਰਬਾਣੀ ਦੇ ਪ੍ਰਵਾਹ ਚੱਲਦੇ ਹੈ। ਇਸ ਵਾਸਤੇ ਸਗਰੇ ਦੇਸ਼, ਸਾਰੇ ਦੇਸ਼ਾਂ ਵਿੱਚ ਲਗ ਵਿਸਾਲ ਸਰਹਤੇ ਕਲੇਸ਼, ਲਗ ਵਿਸਾਲ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ, ਤੇ ਲਗ ਕਹੀਏ ਛੋਟੇ ਤੇ ਵਿਸਾਲ ਵੱਡੇ ਜਿਹੜੇ ਕਲੇਸ਼ ਹੈ, ਇਹ ਸਾਰੇ ਕਲੇਸ਼ਾਂ ਨੂੰ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਇਹ ਸਾਰੇ ਸੰਤਾਪ ਦੂਰ ਕਰ ਦਿੰਦੀ ਹੈ। ਭਾਈ ਪਾਵਨ ਅੰਮ੍ਰਿਤ ਗੁਰਬਾਣੀ, ਭਾਵੇਂ ਕੋਈ ਧਨਵਾਨ ਹੈ, ਭਾਵੇਂ ਕੋਈ ਨਿਰਧਨੀ ਕੰਗਾਲ ਕੋਈ ਵੀ ਹੈ, ਸਗਲੇ ਪਾਏ ਸਾਰੇ ਹੀ ਭਾਈ ਗੁਰਬਾਣੀ ਲੈ ਕੇ ਪੜ੍ਹ ਸੁਣ ਵਿਚਾਰ ਸਕਦੇ ਹੈ। ਉੱਠਣ ਬੈਠਣ ਲੱਗਿਆਂ ਜਦੋਂ ਵੀ ਭਾਈ ਕੋਈ ਅੰਮ੍ਰਿਤ ਗੁਰਬਾਣੀ ਗਾ ਸਕਦਾ ਹੈ, ਪੜ੍ਹ ਸਕਦਾ ਹੈ, ਵਾਹਿਗੁਰੂ ਵਾਹਿਗੁਰੂ ਜਾਪ ਸਕਦਾ ਹੈ, ਬਿਨਾਂ ਸੋਚ ਕਰੇ ਇਸ਼ਨਾਨ, ਜੇ ਕੋਈ ਢਿੱਲਾ ਮੱਠਾ ਉਹ ਬਿਨਾਂ ਸੋਚ ਇਸ਼ਨਾਨ ਤੋਂ ਵੀ ਭਾਈ ਕੋਈ ਗੁਰਬਾਣੀ ਪੜ੍ਹ ਸਕਦਾ ਹੈ, ਤੇ ਜੇ ਕੋਈ ਤਿਆਰ ਵਰ ਤਿਆਰ ਹੈ ਉਹ ਤਾਂ ਭਾਈ ਇਸ਼ਨਾਨ ਪਾਉਣ ਤਾਂ ਫਿਰ ਸਰੀਰ ਦੀ ਮਰਿਆਦਾ ਹੀ ਹੈ, ਇਹਦਾ ਮਰਿਆਦਾ ਹੀ ਹੈ, ਤਾਂ ਆਲਸੀ ਮਨੁੱਖ ਦੀ ਨਿਸ਼ਾਨੀ ਹੈ ਜਿਹੜਾ ਇਸ਼ਨਾਨ ਪਾਣ ਨਾ ਕਰੇ। ਗ੍ਰੰਥਾਂ ਦਾ ਵਚਨ ਹੈ, ਕਹਿੰਦੇ ਭਾਈ ਕੁਰਕੜ ਕੁੱਕੜ ਦੇ ਸੁਭਾਅ ਹੈ ਵੀ ਸ਼ੁੱਧ ਹੋਤ ਉੱਠ ਪ੍ਰਾਤ ਕੋ ਬੰਧ ਵਲੇਤ ਬੁਲਾਏ, ਤ੍ਰੇ ਸੌ ਮਿਲ ਭੋਜਨ ਕਰੇ ਕੁਰਕਟ ਚਾਰ ਤੀਨ ਸਿਪਾਹੀ, ਤਿੰਨ ਸੁਭਾਅ ਕੁੱਕੜ ਦੇ ਦੱਸੇ ਹੈ। ਕਹਿਣ ਲੱਗੇ ਭਾਈ ਸ਼ੁੱਧ ਹੋਏ ਉੱਠ ਪ੍ਰਾਤ ਕੋ, ਨੀਤੀ ਕਹਿੰਦੀ, ਨੀਤੀ ਕਹਿੰਦੀ ਗੁਣ ਲੈਣਾ, ਧਰਮ ਤਾਂ ਨੀਤੀ ਦਾ ਬਾਪ ਹੁੰਦਾ, ਧਰਮ ਤਾਂ ਨੀਤੀ ਦਾ, ਨੀਤੀ ਸ੍ਰੇਸ਼ਟੀ ਉਦੋਂ ਹੈ ਜਦੋਂ ਭਾਈ ਧਰਮ ਦੀ ਮਰਿਆਦਾ 'ਚ ਹੈ, ਉਦੋਂ ਨੀਤੀ ਸ੍ਰੇਸ਼ਟ ਹੈ, ਨਹੀਂ ਤਾਂ ਇਹ ਬਦਨੀਤੀ ਹੈ, ਨਹੀਂ ਤਾਂ ਬਦਨੀਤੀ ਹੈ। ਨੀਤੀ ਉਦੋਂ ਚਿਰ ਨੀਤੀ ਹੈ ਜਿੰਨਾ ਚਿਰ ਧਰਮ ਦੇ ਵਿੱਚ ਹੈ, ਅਤੇ ਨੀਤੀ ਦਾ ਵਚਨ ਹੈ। ਕਹਿਣ ਲੱਗੇ ਕੁੱਕੜ ਦਾ ਸੁਭਾਅ, ਭਾਈ ਕੁੱਕੜ ਤੋਂ ਇੱਕ ਗੁਣ ਲੈਣਾ ਮਨੁੱਖ ਨੇ, ਨੀਤੀ ਕਹਿੰਦੀ ਹੈ, ਕੁੱਤੇ ਤੋਂ ਵੀ ਗੁਣ ਲੈਣਾ, ਬਗਲੇ ਤੋਂ ਵੀ ਗੁਣ ਲੈਣਾ, ਸ਼ੇਰ ਤੋਂ ਵੀ ਗੁਣ ਲੈਣਾ, ਕਹਿੰਦੇ ਗਧੇ ਤੋਂ ਵੀ ਗੁਣ ਲੈਣਾ। ਜਦੋਂ ਸੰਪਰਦਾਵਾਂ ਵਿੱਚ ਪੜ੍ਹਾਉਂਦੇ ਆ ਨਾ ਭਾਈ ਵਿੱਦਿਆ, ਉਦੋਂ ਗ੍ਰੰਥ ਪੜ੍ਹਾਏ ਜਾਂਦੇ, ਲੈ ਭਾਈ ਪ੍ਰੇਮੀਆਂ ਆਹ ਗੁਣ ਤਾਂ ਇਹਨਾਂ ਤੋਂ ਵੀ ਲੈ ਲੈਣੇ, ਚੰਗਾ ਗੁਣ ਤਾਂ ਪਸ਼ੂ ਪੰਛੀ ਤੋਂ ਵੀ ਲੈ ਲੈਣਾ, ਉਹ ਫਿਰ ਗੁਣ ਹੈ ਨੀਤੀ ਦਾ। ਕਹਿਣ ਲੱਗੇ ਸ਼ੁੱਧ ਹੋ ਉੱਠ ਪ੍ਰਾਤ ਕੋ, ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਅੰਗੜਾਈ ਭਰਦਾ, ਵਾਂਗ ਦਿੰਦਾ, ਫਿਰ ਇਕੱਲੇ ਇਕੱਲੇ ਖੰਭ ਦੇ ਵਿੱਚ ਆਪਣੇ 'ਚ ਚੁੰਝ ਫੇਰਦਾ, ਸ਼ੁੱਧ ਹੁੰਦਾ, ਤਿਆਰ ਵਰ ਤਿਆਰ ਹੁੰਦਾ। ਇਵੇਂ ਜਿਹੜਾ ਭਾਈ ਮਨੁੱਖ ਹੈ ਉਹਨੇ ਅੰਮ੍ਰਿਤ ਵੇਲੇ ਉੱਠ ਕੇ ਦਾਤਣ ਕੁਰਲਾ ਕਰਨਾ, ਸਿਰ ਦੇ ਕੇਸ ਵਾਹੁਣੇ ਹੈ, ਇਸ਼ਨਾਨ ਪਾਣ ਕਰਨਾ, ਤਿਆਰ ਵਰ ਤਿਆਰ ਹੋਣਾ, ਉਹਨੇ ਉੱਠ ਕੇ ਆਲੰਗ ਜਾ ਦੂਰ ਕਰਨਾ, ਅਤੇ ਧਰਮ ਦੀ ਵੀ ਮਰਿਆਦਾ ਹੈ। ਉੱਠ ਪ੍ਰਭਾਤ ਕਰੇ ਹਿਤ ਚੀਤ, ਵਾਹਿਗੁਰੂ ਪੁਨ ਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੇ ਜਪ ਜਾਪ, ਰਹਿਤਨਾਮਿਆਂ ਦੇ ਵੀ ਬਚਨ ਹੈ, ਅਤੇ ਗੁਰਬਾਣੀ ਦਾ ਵੀ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ, ਅਤੇ ਵੱਡੇ ਭਾਗਾਂ ਵਾਲਾ ਅੰਮ੍ਰਿਤਸਰ ਨਹਾਵੈ, ਉਹ ਅੰਮ੍ਰਿਤਸਰ ਜਾ ਕੇ ਇਸ਼ਨਾਨ ਕਰੇ ਭਾਈ। ਜਾਂ ਜਿੱਥੇ ਵੀ ਕੋਈ ਅੰਮ੍ਰਿਤ ਵੇਲੇ ਬਾਣੀ ਪੜ੍ਹਦਾ ਇਸ਼ਨਾਨ ਕਰਦਾ ਨਾ ਭਾਵਣਾ, ਉਹ ਤਾਂ ਅੰਮ੍ਰਿਤਸਰ ਦਾ ਇਸ਼ਨਾਨ ਹੀ ਹੈ। ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਜਿੱਥੇ ਵੀ ਇਸ਼ਨਾਨ ਕਰ ਲੈਂਦਾ,
ਅੰਮ੍ਰਿਤ ਵੇਲੇ ਦਾ ਇਸ਼ਨਾਨ ਅੰਮ੍ਰਿਤ ਇਸ਼ਨਾਨ ਹੈ ਉਹ। ਇਸ ਵਾਸਤੇ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਭਾਵੇਂ ਕੋਈ ਢਿੱਲਾ ਮੱਠਾ ਬਜ਼ੁਰਗ ਆਦਿਕ ਹੈ, ਇਸ਼ਨਾਨ ਤੋਂ ਬਿਨਾਂ ਵੀ ਵਾਹਿਗੁਰੂ ਵਾਹਿਗੁਰੂ ਕਰ ਲਏ, ਕੋਈ ਜਪ ਜੀ ਪੜ੍ਹ ਲਏ, ਕੋਈ ਬੰਦਸ਼ ਨਹੀਂ। ਤੇ ਚਾਹੇ ਭਾਈ ਕੋਈ ਇਸ਼ਨਾਨ ਕਰ ਲਏ, ਜਿਹੜਾ ਭਜਨ ਬੰਦਗੀ ਕਰਦਾ ਕਲਿਆਣ ਪਾਉਂਦਾ, ਮੁਕਤ ਹੋ ਜਾਂਦਾ। ਨੀਚ ਊਚ ਸਭ ਕੋ ਇੱਕ ਸਾਰ, ਇਹ ਅੰਮ੍ਰਿਤ ਗੁਰਬਾਣੀ ਊਚ ਨੀਚ ਸਭ ਨੂੰ ਇੱਕ ਸਾਰ ਕਰਦੀ ਹੈ, ਬਰਾਬਰ ਕਰਦੀ ਹੈ। ਇਸ ਪਰ ਸੁਣ ਦ੍ਰਿਸ਼ਟਾਰ ਉਦਾਰ, ਸੱਜੇ ਪਾਤਸ਼ਾਹ ਜੀ ਕਹਿਣ ਲੱਗੇ, ਇਸ ਉੱਪਰ ਇਹ ਸੰਨਿਆਸੀ ਜਨੋਂ, ਬ੍ਰਾਹਮਣ ਜਨੋਂ, ਬੈਰਾਗੀ ਤਿਆਗੀ, ਉਹ ਦ੍ਰਿਸ਼ਟਾਂਤ ਸੁਣੋ ਭਾਈ। ਵੇਦ ਪੁਰਾਣ ਕੂਪ ਜਲ ਜਾਸੇ, ਇਹ ਜਿਹੜੇ ਵੇਦ ਹੈ ਚਾਰ ਕਤੇ ਤੇ ਪੁਰਾਣ ਹੈ 18, ਇਹ ਤਾਂ ਖੂਹ ਦਾ ਜਲ ਹੈ। ਰਸਾਏ ਕੋ ਇੱਕ ਕਿਤ ਕਾਸੇ, ਕੋ ਇੱਕ ਕੋਈ ਇੱਕ ਹੀ ਕਿਤੋਂ ਕਿਸੇ ਕਿਵੇਂ ਵਰਸਾਏ ਵਰਸਾਉਂਦਾ, ਕੋਈ ਇੱਕ ਹੀ ਇੱਕ ਦੋ ਕਿੱਲੇ ਹੀ ਖੇਤੀ ਰਮਾਉਂਦੀ ਹੈ, ਖੂਹ ਦੀ ਖੇਤੀ ਜਿਹੜੀ ਹੁੰਦੀ ਹੈ ਉਹ ਥੋੜ੍ਹੀ ਹੀ ਹੁੰਦੀ ਹੈ, ਗਿਣਤੀ ਦੀ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਕੋਈ ਇੱਕ ਦੋ ਹੀ ਵਰਸਾਉਂਦੇ ਹੈ ਭਾਈ। ਸਾਹਿਬ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਅੰਮ੍ਰਿਤ ਪਾਵਨ ਗੁਰਬਾਣੀ ਇਹ ਬੱਦਲ ਦੇ ਸਮਾਨ ਹੈ। ਵਰਖਾ ਚੌ ਦਿਸ ਵਿਖੇ ਮਹਾਨ, ਜਦੋਂ ਬੱਦਲ ਵਰਸਦਾ ਹੈ ਚੌਹੋਂ ਦਿਸ ਚਾਰ ਸਫੇਰੇ ਜਲ ਥਲ ਕਰ ਦਿੰਦਾ ਹੈ, ਮੀਂਹ ਪਾਇਆ ਪਰਮੇਸ਼ਰ, ਪਾਇਆ ਜੀ ਜੰਤ, ਸਭ ਸੁਖੀ ਵਸਾਇਆ, ਸਭ ਨੂੰ ਸੌਖਾ ਕਰ ਦਿੰਦਾ ਹੈ। ਇਸ ਤਰ੍ਹਾਂ ਗੁਰਬਾਣੀ ਨੇ ਸਭ ਨੂੰ ਸੌਖਾ ਕਰ ਦਿੱਤਾ ਹੈ। ਬਣ ਕੇ ਪਸ਼ ਪੰਛੀ ਦੇਖੋ ਭਾਈ, ਮੀਂਹ ਦੀ ਮਰਿਆਦਾ, ਜਦੋਂ ਮੀਂਹ ਵਰਖਦਾ ਜੰਗਲ ਦੇ ਪਸ਼ੂ ਪੰਛੀ ਸਭ ਸੁਖ ਪਾਉਂਦੇ ਹੈ। ਉਹ ਅੰਮ੍ਰਿਤ ਜਲ ਛਕਣਾ ਕਰਦੇ ਹੈ ਤੇ ਆਪਣੀ ਪਿਆਸ ਆਦਿਕ ਮਟਾਉਂਦੇ ਆ, ਗਰਮੀ ਦੂਰ ਕਰਦੇ ਹੈ। ਖੂਹ ਤਾਂ ਭਾਈ ਕਿਸੇ ਦੇ ਹੁੰਦਾ, ਕਿਸੇ ਦੇ ਨਹੀਂ ਹੁੰਦਾ। ਇੱਕ ਸਮ ਕੰਨ ਤੇ ਸਭ ਸੁਖ ਪਾਹੀ, ਪਰ ਬੱਦਲ ਤੋਂ ਤਾਂ ਸਾਰੇ ਇੱਕ ਸਮ ਇੱਕੋ ਜੈਸਾ ਵਰਸਾਉਂਦੇ ਆ, ਸਭ ਇੱਕੋ ਜੈਸਾ ਆਨੰਦ ਮਾਣਦੇ ਹੈ। ਸਗਰੇ ਖੇਤੀ ਬੋਏ ਸਪਕਾਏ, ਆਪਣੇ ਸਾਰੇ ਖੇਤੀਆਂ ਬੀਜ ਕੇ ਪੁਕਾ ਲੈਂਦੇ ਆ ਭਾਈ ਮੀਂਹ ਦੁਆਰਾ। ਬਿਨਾਂ ਕਿਸੇ ਯਤਨ ਤੋਂ, ਨਾ ਖੂਹ ਪੱਟਣ ਦੀ ਲੋੜ, ਨਾ ਹੱਟ ਜੋੜਨ ਦੀ ਲੋੜ, ਬਿਨਾਂ ਯਤਨ ਤੋਂ ਹੀ ਭਾਈ ਪਰਮੇਸ਼ਵਰੀ ਰਹਿਮਤ ਦੇ ਨਾਲ ਸਾਰੀ ਦੁਨੀਆਂ ਸੁਖ ਪਾ ਲੈਂਦੀ ਹੈ। ਸਤਿਗੁਰ ਕੇ ਬਚਨ ਸੁਖੇ, ਤਿਉਂ ਤਿਵੇਂ ਹੀ ਸਤਿਗੁਰਾਂ ਦੇ ਜਿਹੜੇ ਬਚਨ ਭਾਈ ਸੁਖੈਨ ਹੈ, ਸੌਖੇ ਹੈ, ਸਭ ਦਾ ਭਲਾ ਕਰਦੇ ਹੈ, ਸਭ ਨੂੰ ਸੁੱਖ ਸ਼ਾਂਤੀ ਗਿਆਨ ਧਿਆਨ ਆਨੰਦ ਬਖਸ਼ਦੇ ਹੈ। ਪੜ੍ਹ ਕੇ ਗਤ ਕਹੀਏ ਮੁਕਤੀ ਪ੍ਰਾਪਤ ਹੁੰਦੀ ਹੈ, ਜੇਨ ਰੋ ਕੇਨ ਜੀਣੂ ਰੋ ਅਤੇ ਕੇਨ ਕੀਣੂ, ਜੀਣੂ ਕੀਣੂ ਮੁਕਤੀ ਮਿਲ ਜਾਂਦੀ ਹੈ ਪੜ੍ਹ ਕੇ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਵੈਰਾਗੀ ਜਨੋ, ਤਿਆਗੀ ਜਨੋ, ਸੰਨਿਆਸੀ ਜਨੋ, ਐ ਪੰਡਿਤ ਜੀਓ, ਇਹ ਜੋ ਅੰਮ੍ਰਿਤ ਪਾਵਨ ਗੁਰਬਾਣੀ, ਧਰਤੀ ਵਿਖੇ ਕੂਪ ਕੈ ਪਾਣੀ, ਧਰਤੀ ਵਿਖੇ ਕੂਪ ਕਉ ਪਾਣੀ, ਧਰਤੀ ਦੇ ਵਿੱਚ ਖੂਹ ਦਾ ਜੋ ਜਲ ਹੈ, ਪਰ ਮੇਘ ਦਾ ਜਲ ਹੈ ਫਿਰ ਵੀ ਵਰਸਦਾ, ਭਾਵੇਂ ਕਿ ਖੂਹ ਦੇ ਵਿੱਚ ਧਰਤੀ ਦਾ ਪਾਣੀ ਹੈ ਪਰ ਫਿਰ ਵੀ ਆਕਾਸ਼ ਤੋਂ ਵਰਖਾ ਹੁੰਦੀ ਹੈ, ਰੱਬੀ ਰਹਿਮਤ ਵਰਖਾ ਵਰਸਦੀ ਹੈ। ਜਿਸ ਕਰਕੇ ਇਹ ਪੰਡਿਤ ਜੀ ਹਿਰਦੇ ਵਿੱਚ ਵਿਚਾਰ ਕਰ ਲਓ ਆਪਣੇ, ਇਹ ਅੰਮ੍ਰਿਤ ਪਾਵਨ ਗੁਰਬਾਣੀ ਘਨ ਅਰ ਕੂਪ, ਵੇਦ ਬਾਣੀ ਖੂਹ ਤੇ ਅੰਮ੍ਰਿਤ ਗੁਰਬਾਣੀ ਘਨ ਬੱਦਲ, ਇਸ ਤਰ੍ਹਾਂ ਦੀ ਵਰਖਾ ਨਿਰਣੇ ਕਰ ਲਓ ਭਾਈ। ਗੁਰਬਾਣੀ ਉਚਾਰਨ ਦਾ ਪਾਤਸ਼ਾਹ ਜੀ ਕਹਿਣ ਲੱਗੇ, ਇਹ ਪੰਡਿਤ ਜੀ ਇਹੋ ਹੀ ਕਾਰਨ ਹੈ ਜੋ ਤੁਸੀਂ ਕਾਰਨ ਪੁੱਛਿਆ, ਸਾਨੂੰ ਇਹ ਕਾਰਨ ਦਾ ਨਹੀਂ ਪਤਾ ਲੱਗ ਰਿਹਾ ਵੀ ਗੁਰਬਾਣੀ ਕਿਉਂ ਉਚਾਰੀ। ਵੇਦਾਂ ਦੇ ਹੁੰਦਿਆਂ, ਸਿਮਰਤੀਆਂ ਸ਼ਾਸਤਰਾਂ ਦੇ ਹੁੰਦਿਆਂ ਤਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਆਹ ਕਾਰਨ ਹੈ ਵੀ ਜਿਹੜੇ ਵੇਦ ਹੈ ਉਹਨੂੰ ਇੱਕ ਤਾਂ ਉੱਚੀ ਜਾਤੀ ਵਾਲਾ ਪੜ੍ਹ ਸਕਦਾ, ਇੱਕ ਦਿਮਾਗ ਵਾਲਾ ਪੜ੍ਹ ਸਕਦਾ, ਇੱਕ ਕਠਿਨ ਬਹੁਤ ਹੈ ਪੜ੍ਹਨੇ, ਬੜੀ ਮਿਹਨਤ ਦੀ ਲੋੜ ਹੈ, ਉਮਰਾਂ ਬੀਤ ਜਾਂਦੀਆਂ ਫਿਰ ਕਿਸੇ ਨੂੰ ਭਾਈ ਮੁਕਤੀ ਪ੍ਰਾਪਤ ਹੁੰਦੀ ਹੈ, ਭਾਵਨਾ ਹੋਵੇ ਫਿਰ ਅੱਗੇ ਜਾ ਕੇ ਉਹਦੇ ਵਿੱਚ ਫਿਰ ਕਿਤੇ ਜਾ ਕੇ ਉਹ ਗਿਆਨ ਨਸੀਬ ਹੁੰਦਾ ਮੁਕਤੀ ਵਾਲਾ। ਪਰ ਜਿਹੜੀ ਇਹ ਅੰਮ੍ਰਿਤ ਪਾਵਨ ਗੁਰਬਾਣੀ ਹੈ, ਪਾਤਸ਼ਾਹ ਜੀ ਕਹਿਣ ਲੱਗੇ, ਪੰਡਿਤ ਜੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਰਹਿਮਤਾਂ ਦਾ ਮੀਂਹ ਵਰਸਾਇਆ, ਅੰਮ੍ਰਿਤ ਪਾਵਨ ਗੁਰਬਾਣੀ ਇਹ ਆਪਣੀ ਕਿਰਪਾ ਦਾ ਮੀਂਹ ਵਰਸਾਇਆ, ਅੰਮ੍ਰਿਤ ਗੁਰਬਾਣੀ, ਬਾਣੀ ਉਚਰੈ ਸਾਧ ਜਨ
ਅਮੋਹਾਂ ਚੱਲਾ ਝਰਨੇ ਅੰਮ੍ਰਿਤ ਦੇ ਝਰਨੇ ਵਗਾਏ ਹੈ ਗੁਰਸ਼ਬਦ ਹੈ ਜਿਹਨੇ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਗੁਰਬਾਣੀ ਕੋ ਕਾਰਨ ਇਹੋ, ਇਹੋ ਹੀ ਗੁਰਬਾਣੀ ਦਾ ਕਾਰਨ ਹੈ। ਗੁਰਬਾਣੀ ਇਸ ਵਾਸਤੇ ਉਚਾਰੀ ਹੈ ਵੀ ਹਰ ਇੱਕ ਦਾ ਭਲਾ ਹੋ ਜਾਵੇ। ਜਿਵੇਂ ਰੱਬ ਦੀ ਰਹਿਮਤ ਬੱਦਲ ਹਰ ਇੱਕ ਦਾ ਭਲਾ ਕਰ ਦਿੰਦੇ ਹੈ, ਐਵੇਂ ਅੰਮ੍ਰਿਤ ਗੁਰਬਾਣੀ ਸੂਦ ਵੈਸ ਖੱਤਰੀ ਬ੍ਰਾਹਮਣ ਸਭ ਦਾ ਭਲਾ ਕਰ ਦਿੰਦੀ ਹੈ। ਇਹ ਤਾਂ ਭਾਈ ਦਿਮਾਗ ਵਾਲੇ ਦਾ ਵੀ ਭਲਾ ਕਰਦੀ ਹੈ ਅਤੇ ਮੋਟੀ ਮੱਤ ਵਾਲਾ। ਗੁਰੂ ਕਲਗੀਧਰ ਪਿਤਾ ਜੀ ਗੁਰੂ ਕਾਂਸੀ ਦੀ ਧਰਤੀ 'ਤੇ ਕਮਰ ਕਸਾ ਖੋਲ੍ਹ ਕੇ ਕਹਿੰਦੇ ਭਾਈ ਪ੍ਰਗਟ ਪਈ ਹੈ ਹਮਰੀ ਕਾਂਸੀ, ਬੜਾ ਹੈ ਇਹਾਂ ਢੋਰ ਮੱਤ ਰਾਸੀ, ਇਹ ਸਾਡੀ ਪ੍ਰਗਟ ਕਾਂਸੀ ਹੈ। ਇੱਥੇ ਬੈਲ ਵਰਗੀ ਬੁੱਧੀ ਵਾਲਾ ਪੜੂਗਾ ਅੰਮ੍ਰਿਤ ਗੁਰਬਾਣੀ, ਤਾਂ ਭਾਈ ਮੋਟੀ ਬੁੱਧ ਦਾ ਵੀ ਭਲਾ ਕਰਦੀ ਹੈ। ਸੁਣੋ ਸੁਜਨ ਨਹਿ ਕਰੋ ਸੰਦੇਹੋ, ਪਾਤਸ਼ਾਹ ਕਹਿੰਦੇ ਐ ਸੁਜਨੋ ਸ੍ਰੇਸ਼ਟ ਜਨੋ, ਐ ਸੱਜਣੋ ਇਹ ਸ਼ੰਕਾ ਦੂਰ ਕਰ ਦਿਓ ਆਪਣੇ ਮਨ ਦੇ। ਭਾਈ ਆਪਣੇ ਮਨ ਦੇ ਵਿੱਚੋਂ ਇਹ ਸੰਕੇ ਜੇ ਨਿਰਵਿਰਤ ਕਰ ਲਓ। ਵਰਸਾਏ ਲੱਖੋ ਗੁਰਬਾਣੀ, ਗੁਰਬਾਣੀ ਤੋਂ ਲੱਖਾਂ ਹੀ ਵਰੋਸਾ ਗਏ। ਉੱਚ ਨੀਚ ਕਾ ਇੱਕ ਸਮਾਨੀ, ਉੱਚਿਆਂ ਨੀਚਿਆਂ ਨੂੰ ਸਭ ਨੂੰ ਇੱਕੋ ਜੈਸਾ ਕਰ ਦਿੱਤਾ ਅੰਮ੍ਰਿਤ ਪਾਵਨ ਗੁਰਬਾਣੀ ਨੇ। ਜਿਹੜਾ ਪ੍ਰੇਮ ਧਾਰਨ ਕਰਕੇ ਗੁਰਬਾਣੀ ਪੜ੍ਹਦਾ ਤੇ ਵਿਚਾਰਦਾ ਬਹੁਰੋ ਫਿਰ ਗੁਰਬਾਣੀ ਦਾ ਕਮਾਈ ਕਰਦਾ ਹੈ ਭਾਈ। ਤਾਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵਿਚਾਰ ਕਰਦਾ ਹੈ, ਉਹਦਾ ਨਿਸਤਾਰਾ ਕਹੀਏ ਭਲਾ ਕਰ ਦਿੰਦੀ ਹੈ ਅੰਮ੍ਰਿਤ ਪਾਵਨ ਗੁਰਬਾਣੀ। ਨਗਰ ਤੀਰਥਾਂ ਪਰ ਜੋ ਵਾਸੀ, ਤੇ ਜਿਹੜੇ ਤੀਰਥਾਂ ਦੇ ਨਗਰ ਸੀ ਨੇੜੇ ਨੇੜੇ ਤੇ ਜਿਹੜੇ ਵਸਣ ਵਾਲੇ ਸੀ ਤੀਰਥਾਂ ਤੇ, ਇਹ ਸੁਣ ਕਰ ਸਗਰੇ ਸਾਰੇ ਸੁਣ ਕੇ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਮੱਤ ਨੂੰ ਆਨੰਦਿਤ ਹੋ ਗਏ। ਵੰਦਨ ਕਰ ਸਭ ਹੁਣ ਸਰਾਹੇ, ਨਮਸਕਾਰ ਕੀਤੀ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਸਾਰਿਆਂ ਨੇ ਬੜੀ ਵਡਿਆਈ ਕੀਤੀ ਪਾਤਸ਼ਾਹ ਜੀ ਦੀ। ਆਪਣੇ ਧੰਮ ਨਮਾਹੇ, ਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਆ ਇਸ ਤਰ੍ਹਾਂ ਸੰਕੇ ਨਿਰਵਿਰਤ ਕਰਕੇ। ਇਸ ਪ੍ਰਕਾਰ ਕੋਈ ਚਰਚਾ ਪਈ, ਇਸ ਤਰ੍ਹਾਂ ਕੁਛ ਕੁ ਚਰਚਾ ਹੋਰ ਹੋਈ। ਸੁਣ ਕੇ ਤਕ ਕੀ ਦੁਰਮਤ, ਸੁਣ ਕੇ ਸਤਿਗੁਰਾਂ ਦਾ ਪਾਵਨ ਸਿਧਾਂਤ ਮਤ ਗੁਰਮਤ, ਕਿੰਨਿਆਂ ਦੀ ਖੋਟੀ ਮਤ ਨਸ਼ਟ ਹੋ ਗਈ। ਖਾਨ ਪਰ ਕਰ ਸੰਗਤ ਸਾਥ, ਭੋਜਨ ਪਾਣੀ ਲੰਗਰ ਪਾਣੀ ਛੱਕ ਕੇ ਸਾਰੀਆਂ ਸੰਗਤਾਂ ਨਾਲ। ਦੂਜੀ ਨਿਸਵਾਸੇ ਜਗਨਨਾਥ, ਜਗਤ ਮਾਲਕ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੂਸਰੀ ਰਾਤਰੀ ਬਤੀਤ ਕੀਤੀ ਹੈ। ਤੀਸਰੇ ਤੀਰਥ ਆਨ, ਤੀਸਰੇ ਦਿਨ ਪਾਤਸ਼ਾਹ ਜੀ ਫਿਰ ਤੀਰਥਾਂ ਤੇ ਆਏ। ਸਿੱਖਣ ਜੁਤ ਕੀ ਨਿਸ਼ਨ, ਸਾਰੇ ਸਿੱਖਾਂ ਸਮੇਤ ਇਸ਼ਨਾਨ ਪਾਨ ਕੀਤਾ ਅੰਮ੍ਰਿਤ ਵੇਲੇ ਦਾ। ਯਥਾ ਸਖਤ ਸਾਰਿਆਂ ਨੂੰ ਧਨ ਆਦਿਕ ਦਾਨ ਦਿੱਤੇ ਹੈ। ਕਿਰਪਾ ਦੇ ਖਜ਼ਾਨੇ ਸੱਚੇ ਪਾਤਸ਼ਾਹ ਸੰਗਤਾਂ ਦੇ ਵਿੱਚ ਆਸਣ ਤੇ ਆਪਣੇ ਆਸਣ ਤੇ ਬੈਠ ਗਏ ਹੈ ਗੁਰਮਤ ਭਉ ਭਗਤੀ ਬਖਸ਼ਣ ਵਾਸਤੇ। ਇੱਥੇ ਪ੍ਰਸੰਗ ਦਾ ਵਿਸਰਾਮ ਦੇਈਏ, ਅੱਗੇ ਜਿਸ ਤਰ੍ਹਾਂ ਸਤਿਗੁਰੂ ਜੀ ਰਹਿਮਤਾਂ ਕਰਨਗੇ ਆਪਾਂ ਸਤਿਗੁਰਾਂ ਦੀ ਵਡਿਆਈ ਵਿਚਾਰਾਂਗੇ। ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਭੁੱਲਾਂ ਗੁਰੂ ਕੀ ਸੰਗਤ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਹੈ, ਕਿਰਪਾ ਕਰਕੇ ਖਿਮਾ ਕਰਨਾ ਜੀ। ਤੀਰਥ ਆਨ, ਜਥਾ ਸਖਤ ਸਭ ਹਨ ਦੇ ਦਾਨ, ਬੈਠੇ ਡੇਰੇ ਕਿਰਪਾ ਨਿਧਾਨ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਾਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿੰਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ